بولے ਅੱਜ ਅਸੀਂ ਗੱਲਬਾਤ ਕਰਾਂਗੇ ਸ਼ੁਰੂ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨੈਨਾ ਕੌਰ ਹਾਜ਼ਰ ਹਾਂ ਤੁਹਾਡੀ ਆਪਣੀ ਦੋਸਤ ਡੈਲੀ ਟਾਕਸ ਦੇ ਵਿੱਚ ਇੱਕ ਨਵਾਂ ਪ੍ਰੋਗਰਾਮ ਲੈ ਕੇ ਅੱਜ ਅਸੀਂ ਮੌਜੂਦ ਹਾਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਬੰਗਲਾ ਸਾਹਿਬ ਜੀ ਸਾਹਿਬ ਵਿਖੇ ਅਤੇ ਅੱਜ ਅਸੀਂ ਗੱਲਬਾਤ ਕਰਾਂਗੇ 1984 ਦੇ ਸਮੇਂ 'ਤੇ ਇਤਿਹਾਸਿਕ ਸਿੱਖ ਕਤਲੇਆਮ ਬਾਰੇ 1984 ਸਿੱਖ ਇਤਿਹਾਸ ਦੇ ਵਿੱਚ ਇੱਕ ਕਾਲਾ ਧੱਬਾ ਜਿਹਨੂੰ ਯਾਦ ਕਰਕੇ ਸਾਡੀ ਰੂਹ ਕੰਬ ਜਾਂਦੀ ਹੈ ਜਿਸ ਟਾਈਮ ਦੇ ਜਿਸ ਸਮੇਂ ਦੇ ਵਿੱਚ ਵੱਡੇ ਮਾਂ ਪਿਓ ਨੇ ਆਪਣੇ ਬੱਚੇ ਖੋਏ ਅਤੇ ਬੱਚਿਆਂ ਨੇ ਮਾਂ ਪਿਓ ਅਤੇ ਚਲੋ ਅਸੀਂ ਗੱਲਬਾਤ ਕਰਾਂਗੇ ਅੱਜ ਦੀ ਸੰਗਤ ਦੇ ਨਾਲ ਇਸ ਟੋਪਿਕ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਨਾਂ ਪ੍ਰਗਟ ਸਿੰਘ ਸੰਧੂ ਅੱਜ ਅਸੀਂ ਗੱਲਬਾਤ ਕਰਾਂਗੇ 1984 ਬਾਰੇ ਅਤੇ ਤੁਸੀਂ 33 ਸਾਲ ਬੀਤ ਚੁੱਕੇ ਨੇ ਇਸ ਗੱਲ ਨੂੰ ਹੋਏ ਹੋਏ ਅਤੇ ਅੱਜ ਵੀ ਉਹ ਸਿੱਖ ਫੈਮਲੀਆਂ ਜਿਨ੍ਹਾਂ ਨੇ ਉਸ ਟਾਈਮ ਸਫ਼ਰ ਕੀਤਾ ਉਹਨਾਂ ਨੂੰ ਜਸਟਿਸ ਮਿਲਿਆ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਮਿਲਿਆ ਉਹਨਾਂ ਨੂੰ ਜਦ ਤੁਸੀਂ 1984 ਦੇ ਬਾਰੇ 1984 ਦੇ ਬਾਰੇ ਯਾਦ ਕਰਦੇ ਹੋ ਤਾਂ ਤੁਹਾਨੂੰ ਕੀ ਯਾਦ ਆਉਂਦਾ ਹੈ ਅਰੇ ਬੜਾ ਕੁਛ ਯਾਦ ਆਉਂਦਾ ਜੀ ਉਹ ਸੀਨ ਦੇਖ ਕੇ ਤਾਂ ਦਿਲ ਕੰਬ ਜਾਂਦਾ ਅਸੀਂ ਛੱਤ 'ਤੇ ਸੀ ਆਪਣੀ 'ਤੇ ਅਤੇ ਮਤਲਬ ਕਿ ਉਹ ਅੱਖਾਂ ਤੋਂ ਰੋਣ ਆ ਜਾਂਦਾ ਵੀ ਉੱਧਰ ਅੱਗ ਲੱਗ ਗਈ ਤਾਂ ਉੱਧਰ ਲੱਗ ਗਈ ਉੱਧਰ ਧੂੰਆਂ ਆ ਗਿਆ ਉੱਧਰ ਆ ਗਿਆ ਵੀ ਹੁਣ ਵੀ ਬੰਦੇ ਸਾਨੂੰ ਕੋਈ ਮਾਰਨ ਵਾਸਤੇ ਆ ਰਹੇ ਨੇ ਔਰ ਗਲੀਆਂ 'ਚ ਰੌਲਾ ਰੱਪਾ ਬੜਾ ਪੈ ਰਿਹਾ ਸੀ ਉਹ ਤਾਂ ਬਾਬੇ ਦਾ ਹੀ ਬਸ ਆਸ਼ੀਰਵਾਦ ਰਿਹਾ ਜਿਨ੍ਹਾਂ ਨੇ ਸਾਨੂੰ ਬਚਾ ਲਿਆ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਨਹੀਂ ਤਾਂ ਸਾਡੇ ਬਚਨ 'ਤੇ ਕੋਈ ਲਾਲ ਨਹੀਂ ਸੀ ਬਸ ਤੁਸੀਂ ਜਦ 1984 ਦੇ ਬਾਰੇ 'ਚ ਤੁਹਾਨੂੰ ਕੀ ਲੱਗਦਾ ਹੈ ਇਹ ਦੰਗ ਇਹ ਜੋ ਹੋਇਆ ਸਿੱਖ 'ਤੇ ਕਤਲੇਆਮ ਇਹਦਾ ਰੀਜ਼ਨ ਕੀ ਸੀ ਰੀਜ਼ਨ ਦਾ ਇੰਨਾ ਲੰਮਾ ਤਾਂ ਖੈਰ ਸਾਨੂੰ ਪਤਾ ਨਹੀਂ ਹੈ ਉਦੋਂ ਬੱਚੇ ਸੀ ਅਸੀਂ ਅਤੇ ਬਈ ਚਲੋ ਜਦੋਂ ਉਦੋਂ ਇੰਦਰਾ ਗਾਂਧੀ ਦੀ ਡੈਥ ਹੋਈ ਅਤੇ ਉਸ ਤੋਂ ਬਾਅਦ ਹੀ ਇਹ ਕੰਮ ਸ਼ੁਰੂ ਹੋਇਆ ਅਤੇ ਚੱਲਦਾ ਗਿਆ ਚੱਲਦਾ ਗਿਆ 1984 ਬਾਰੇ ਕਈ ਮੂਵੀ ਆਈ ਕਈ ਨੋਵਲਸ ਵੀ ਲਿਖੀ ਗਈਆਂ ਬਟ ਇਹ ਸਭ ਦਾ ਗਵਰਨਮੈਂਟ ਨੇ ਅੱਗੇ ਕੀ ਸਟੈਪ ਲਿੱਤਾ ਸਟੈਪ ਕੋਈ ਨਹੀਂ ਜੀ ਸਟੈਪ ਕਈ ਸਰਕਾਰਾਂ ਆਈਆਂ ਕਈ ਗਈਆਂ ਬਸ ਸਟੈਪ ਉੱਥੇ ਦਾ ਉੱਥੇ ਹੀ ਹੈ ਮੁਆਵਜ਼ਾ ਦੇ ਦਿੰਦੇ ਆ ਬਾਕੀ ਚਲੋ ਸੁਝਾਵਾਂ ਸੁਝਾਵਾਂ ਤਾਂ ਅੱਜ ਤੱਕ ਮੇਰਾ ਕਿਸੇ ਨੂੰ ਦਿੱਤੀਆਂ ਨਹੀਂ ਗਈਆਂ ਇਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਨਾਂ ਮੇਰਾ ਨਾਮ ਬਲਵਿੰਦਰ ਸਿੰਘ ਅਤੇ ਤੁਹਾਡਾ ਸਰ ਹਰਦੇਵ ਸਿੰਘ ਮੈਂ ਤੁਹਾਡੇ ਤੋਂ ਤੁਸੀਂ ਜਦ ਅਸੀਂ 1984 ਸਿੱਖ ਕਤਲੇਆਮ ਦੇ ਬਾਰੇ ਜਦ ਅਸੀਂ ਯਾਦ ਕਰਦੇ ਹਾਂ ਕਈ ਫੈਮਲੀਆਂ ਨੇ ਆਪਣੇ ਮਾਂ ਬੱਚੇ ਖੋਏ ਅਤੇ ਕਈ ਬੱਚਿਆਂ ਨੇ ਆਪਣੇ ਮਾਂ ਪਿਓ ਖੋਏ ਇਤਨੀ ਫੈਮਲੀਆਂ ਨੇ ਇਤਨਾ ਕੁਛ ਸਫ਼ਰ ਕੀਤਾ 33 ਸਾਲ ਬੀਤ ਜਾਣੇ ਦੇ ਬਾਅਦ ਵੀ ਕਿ ਉਹਨਾਂ ਨੂੰ ਜਸਟਿਸ ਮਿਲਿਆ ਕੀ ਕਹਿਣਾ ਤੁਹਾਨੂੰ ਇਸ ਬਾਰੇ ਕੋਈ ਨਹੀਂ ਕਦੀ ਜਸਟਿਸ ਨਹੀਂ ਮਿਲਿਆ ਅਤੇ ਨਾ ਹੀ ਅਸੀਂ ਉਮੀਦ ਰੱਖਦੇ ਹਾਂ ਕਿ ਇਹਨਾਂ ਜਿੰਨੀ ਵੀ ਸਰਕਾਰ ਆ ਰਹੀ ਹੈ ਨਾ ਹੀ ਉਮੀਦ ਰੱਖਦੇ ਹਾਂ ਕਿ ਇਹੋ ਜਿਹਾ ਜਸਟਿਸ ਮਿਲ ਸਕੇਗਾ ਜੋ ਹਾਲਾਤ ਚੱਲ ਰਹੇ ਨੇ ਜਿਸ ਤਰ੍ਹਾਂ ਸਿਸਟਮ ਚੱਲ ਰਿਹਾ ਬਾਰ ਬਾਰ ਇਨਕੁਆਇਰੀ ਕਮਿਸ਼ਨ ਯੇ ਵੋ ਚੱਲ ਕੇ ਬਹੁਤ ਜੀ ਸਭ ਨੂੰ ਦਬਾਇਆ ਜਾ ਰਿਹਾ ਦਬਾਉਣ ਦੇ ਬਾਵਜੂਦ ਅੱਜ ਹਾਲਾਤ ਸਾਡੇ ਇਹੋ ਜਿਹੇ ਬੱਚੇ ਸਾਡੇ ਮੈਂ ਸਮਝਣਾ ਜਿਹੜੇ ਵਿਧਵਾ ਹੋਈਆਂ ਬੀਬੀਆਂ ਜਾਂ ਹੋਰ ਜਿੰਨੇ ਵੀ ਇੰਨਾ ਬਰਬਾਦ ਹੋ ਗਿਆ ਉਹਨੂੰ ਅਸੀਂ ਰਿਕਵਰ ਨਹੀਂ ਕਰ ਸਕਦੇ ਉਹ ਭੁੱਲਣ ਵਾਲੀ ਗੱਲ ਤਾਂ ਭਾਵੇਂ ਨਹੀਂ ਸਾਨੂੰ ਸੁਪਨੇ 'ਚ ਨਹੀਂ ਭੁੱਲ ਸਕਦੇ ਲੇਕਿਨ ਹਾਲਾਤ ਐਸੇ ਹੋ ਚੁੱਕੇ ਹਨ ਕਿ ਬਿਲਕੁਲ ਸਾਨੂੰ ਇਨਸਾਫ਼ ਦੀ ਤਾਂ ਸੋਚ ਹੀ ਨਹੀਂ ਸਕਦੇ ਕਿ ਕਦੀ ਕੋਈ ਵੀ ਗੌਰਮੈਂਟ ਇਹੋ ਜਿਹੀ ਹਾਲਾਤ 'ਚ ਸਾਡੀ ਕੋਈ ਇਹੋ ਜਿਹੀ ਮਦਦ ਕਰ ਸਕੇ ਤੁਹਾਡਾ ਕੀ ਕਹਿਣਾ ਹੈ ਮੈਂ ਜ਼ਿਆਦਾ ਕੁਛ ਨਹੀਂ ਕਹਾਂਗਾ ਇਹੋ ਹੀ ਕਹਿਣਾ ਚਾਹਾਂ ਜੋ ਬੀਤੇ ਹੈਗਾ ਸਮਾਂ ਉਸ ਦੌਰਾਨ ਉਹ ਬਹੁਤ ਹੀ ਮਤਲਬ ਕਿ ਇੱਕ ਦੁਰਭਾਗਿਆਪੂਰਨ ਰਿਹਾ ਹੈਗਾ ਉਸ ਦੇ ਅੰਦਰ ਜੋ ਉਹਦੀ ਭਰਪਾਈ ਹੈ ਗੌਰਮੈਂਟ ਕਦੀ ਵੀ ਪੂਰੀ ਨਹੀਂ ਕਰ ਸਕਦੀ ਚਾਹ ਕੇ ਵੀ ਕਦੀ ਨਹੀਂ ਪੂਰੀ ਕਰ ਸਕਦੀ ਨਿਆਂ ਤਾਂ ਬੜੀ ਦੂਰ ਦੀ ਗੱਲ ਹੈ ਉਹਨਾਂ ਦੀ ਜਿਹੜੀ ਮਾੜੀਆਂ ਮੋਟੀਆਂ ਮੰਗਾਂ ਹੋਣਗੀਆਂ ਉਹ ਵੀ ਨਹੀਂ ਪੂਰੀ ਕਰ ਸਕਦੀ ਕਿਸੇ ਦੇ ਬੰਦੇ ਦੇਣੇ ਤਾਂ ਵਾਪਸੀ ਬਹੁਤ ਮੁਸ਼ਕਿਲ ਹੈਗੇ ਨੇ ਉਹਨਾਂ ਦੇ ਬਦਲੇ ਉਹਨਾਂ ਦਾ ਜੋ ਥੋੜ੍ਹੀ ਜਿਹੀ ਡਿਮਾਂਡ ਹੋਏਗੀ ਉਹ ਵੀ ਨਹੀਂ ਪੂਰਾ ਕਰ ਪਾਉਂਦੀ ਬਸ 1984 ਦੇ ਬਾਰੇ ਕਈ ਮੂਵੀ ਫਿਲਮਸ ਆਈ ਕਈ ਨੋਵਲਸ ਲਿਖੀ ਗਈਆਂ ਕਿ ਜੋ ਲੋਕਾਂ ਨੇ ਜਿੰਨਾ ਜਿੰਨਾ ਸਫ਼ਰ ਕੀਤਾ ਉਹਨੂੰ ਦਰਸਾ ਸਕੇ ਸਾਡੀ ਆਡੀਅੰਸ ਨੂੰ ਬਟ ਉਹਦੇ ਬਾਅਦ ਵੀ ਇਤਨੀ ਮੂਵੀਆਂ ਦੇ ਬਾਅਦ ਇਤਨੇ ਨੋਵਲਸ ਦੇ ਬਾਅਦ ਵੀ ਅੱਗੇ ਗਵਰਨਮੈਂਟ ਨੇ ਕੀ ਸਟੈਪ ਲਿੱਤੇ ਗਵਰਨਮੈਂਟ ਪੋਲੀਟੀਕਲ ਸਿਸਟਮ ਸਾਡਾ ਇੰਨਾ ਖਰਾਬ ਹੈ
ਮੈਂ ਨਹੀਂ ਸਮਝਦਾ ਕਿ ਦੁਨੀਆ ਵਿੱਚ ਕੋਈ ਇਹੋ ਜਿਹਾ ਸਿਸਟਮ ਕਿਤੇ ਹੋਰ ਹੋਏਗਾ ਕਿ ਸਭ ਤੋਂ ਗੰਦਾ ਸਿਸਟਮ ਸਾਡੇ ਕੋਲ ਇੱਥੇ ਹੈ। ਉਹਨਾਂ ਨੂੰ ਸਿਰਫ ਵੋਟ ਚਾਹੀਦੀ ਹੈ। ਇਹ ਸਿੱਖ ਰਾਈਟਸ ਦੇ ਬਾਰੇ 'ਚ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਹਰ ਵਾਰੀ ਇਹੀ ਕਿਹਾ ਜਾਂਦਾ ਕਿ ਸਿੱਖਾਂ ਦੀ ਵੋਟ ਕਲੈਕਟ ਕਰਨ ਵਾਸਤੇ ਉਹ ਮੂਵ ਕਰਦੇ ਨੇ, ਲੇਕਿਨ ਉਸ ਤੋਂ ਬਾਅਦ ਸਭ ਭੁੱਲ ਜਾਂਦੇ ਨੇ। ਭਾਵੇਂ ਕੋਈ ਵੀ ਗੌਰਮੈਂਟ ਲਈ ਹੈ, ਭਾਵੇਂ ਕਾਂਗਰਸ ਹੋਵੇ, ਬੀਜੇਪੀ ਹੋਵੇ, ਕੋਈ ਵੀ ਗੌਰਮੈਂਟ ਹੈ, ਉਹ ਹਮੇਸ਼ਾ ਭੁੱਲ ਜਾਂਦੀ ਹੈ ਕਿ ਵੀ ਅਸੀਂ ਕੋਈ ਗੱਲ ਕਰਨੀ ਹੈ, ਜਸਟਿਸ ਕਰਨਾ ਹੈ। ਜਸਟਿਸ ਨੂੰ ਸਗੋਂ ਰੋਕਿਆ ਜਾ ਰਿਹਾ, ਹਰ ਜਗ੍ਹਾ 'ਤੇ ਰੋਕਿਆ ਜਾ ਰਿਹਾ, ਰੋਕ ਰੋਕ ਕੇ ਕਿ ਵੀ ਇਹਨਾਂ ਨੂੰ ਜਸਟਿਸ ਕਿਤੇ ਮਿਲ ਨਾ ਜਾਵੇ। ਇੰਨੀ ਮੂਵੀਆਂ ਦੇ ਬਾਅਦ ਵੀ ਸਰ ਕੋਈ ਸਟੈਪ ਨਹੀਂ ਲਿੱਤਾ ਗਿਆ, ਗਵਰਨਮੈਂਟ ਨੇ ਕੋਈ ਸਟੈਪ ਨਹੀਂ ਲਿੱਤਾ, ਤੁਹਾਡਾ ਕੀ ਕਹਿਣਾ ਇਹਦੇ ਉੱਤੇ? ਸਰਕਾਰ ਦੀ ਢਿੱਲ ਹੈਗੀ, ਹੋਰ ਕੁਛ ਨਹੀਂ। ਹਰ ਆਦਮੀ ਚਾਹੁੰਦਾ ਮੈਨੂੰ ਨਿਆਂ ਮਿਲੇ, ਲੇਕਿਨ ਅਗਰ ਉਹਨੂੰ ਵਕਤ ਤੋਂ ਬਾਅਦ ਨਿਆਂ ਮਿਲੇਗਾ ਤਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਮਤਲਬ ਕਿ ਚਾਹ ਕੇ ਵੀ ਗੌਰਮੈਂਟ ਕੁਛ ਨਹੀਂ ਕਰਦੀ ਹੈਗੀ। ਹਰ ਕਿਸੇ ਨੂੰ ਇੱਕ ਦੂਸਰੇ ਤੋਂ ਉਮੀਦ ਹੁੰਦੀ ਹੈ, ਅਗਰ ਫਲਾਣੇ ਆਏ ਨੇ ਆਈਏ, ਗੌਰਮੈਂਟ ਆਈਏ, ਕਿ ਕੁਛ ਨਾ ਕੁਛ ਮਤਲਬ ਸਿੱਖ ਫੈਮਿਲੀ ਤੋਂ ਰਿਲੇਟਿਡ ਵੀ ਬੰਦੇ ਆਏ ਨੇ, ਬੜੀ ਉਮੀਦ ਰਹੀ ਉਹਨਾਂ ਨੂੰ ਕਿ ਸਾਨੂੰ ਨਿਆਂ ਮਿਲੇਗਾ, ਲੇਕਿਨ ਨਹੀਂ ਹੋ ਪਾਇਆ। ਕੁਛ ਨਹੀਂ ਇਸ ਤਰ੍ਹਾਂ ਕਹਿ ਸਕਦੇ ਕਿ ਜਿਨ੍ਹਾਂ ਨਾਲ ਬੀਤਿਆ ਹੋਇਆ ਮਾੜਾ ਕੰਮ ਹੋਇਆ ਹੈਗਾ ਉਹ ਅੱਜ ਖੁਸ਼ ਰਹੇ ਨੇ, ਉਹਨਾਂ ਦੇ ਜੋ ਉਹਨਾਂ ਨੂੰ ਥੋੜ੍ਹਾ ਬਹੁਤ ਮਿਲਿਆ। ਕੁਛ ਲੋਕਾਂ ਨੂੰ ਜ਼ਰੂਰ ਜਸਟਿਸ ਮਿਲਿਆ ਹੈਗਾ, ਲੇਕਿਨ 100% ਅਸੀਂ ਨਹੀਂ ਕਹਿ ਸਕਦੇ ਕਿ ਸਭ ਠੀਕ ਰਿਹਾ। ਇਹੋ ਇੰਸੀਡੈਂਟ ਦੇ ਬਾਅਦ ਸਪੈਸ਼ਲ ਕਮੇਟੀ ਫਾਰਮ ਕੀਤੀ ਗਈ, ਫਿਰ ਵੀ ਅੱਜ ਵੀ ਐਕਿਊਜ਼ਡ ਖੁੱਲ੍ਹੇ ਘੁੰਮ ਰਹੇ ਨੇ, ਉਹਨਾਂ ਦੇ ਅਗੇਂਸਟ ਕੋਈ ਐਕਸ਼ਨ ਨਹੀਂ ਲਿੱਤਾ ਗਿਆ? ਪੋਲੀਟੀਕਲ ਪ੍ਰੋਟੈਕਸ਼ਨ ਹੈ ਉਹਨਾਂ ਨਾਲ, ਕਿਉਂਕਿ ਪੋਲੀਟੀਕਲ ਪ੍ਰੋਟੈਕਸ਼ਨ ਅਗਰ ਨਾ ਹੋਵੇ ਤਾਂ, ਕਿਉਂਕਿ ਹਰ ਪਾਰਟੀ ਆਪਣੀ ਵੋਟ ਚਾਹੁੰਦੀ ਹੈ, ਕਿ ਜਿਹੜੇ ਵੀ ਬੰਦੇ ਇਹੋ ਜਿਹੇ ਬਦਮਾਸ਼ ਨੇ ਜਾਂ ਕੁਛ ਇਸ ਤਰ੍ਹਾਂ ਦੇ ਬੰਦੇ ਨੇ, ਉਹਨਾਂ ਕੋਲ ਪਿੱਛੇ ਪੋਲੀਟੀਕਲ ਤੌਰ ਦੇ ਉੱਪਰ ਵੋਟਸ ਹੈਗੀਆਂ, ਵੋਟਸ ਦੀ ਰਾਜਨੀਤੀ ਜਦ ਤੱਕ ਇਹ ਰਹੇਗੀ। ਮੈਂ ਨਹੀਂ ਸਮਝਦਾ ਕਿ ਖਾਸ ਤੌਰ 'ਤੇ ਸਿੱਖਾਂ ਵਾਸਤੇ, ਕਿਉਂਕਿ ਸਾਡੀ ਵੋਟ ਸਿੱਖਾਂ ਵਾਸਤੇ ਬਹੁਤੀ ਨਹੀਂ, 2% ਸਰੀ ਹੈਗੀ। 2% ਵੋਟ ਵਾਸਤੇ ਕੋਈ ਵੀ ਪੋਲੀਟੀਕਲ ਇਨਸਾਨੀਅਤ ਦਾ ਕੰਮ ਕਦੇ ਨਹੀਂ ਕਰੇਗੀ, ਕਿਉਂਕਿ ਇਹਦੇ ਵਾਸਤੇ ਉਹਨਾਂ ਦੀਆਂ ਵੋਟਾਂ ਜਾਂਦੀਆਂ ਨੇ। ਇਹ 2% ਦੀ ਕੋਈ ਕੇਅਰ ਨਹੀਂ ਕਰਦੇ, ਇਹ ਸਿਰਫ ਵੋਟਾਂ ਨੂੰ ਦੇਖਦੇ ਨੇ, ਕਿਉਂਕਿ ਅਸੀਂ ਖੁਦ ਸਫ਼ਰ ਕਰ ਰਹੇ ਹਾਂ, ਸਾਰਾ ਕੁਝ ਦੇਖਿਆ, ਅੱਖਾਂ ਨਾਲ ਦੇਖਿਆ। ਜਿਹੜੇ ਲੋਕ ਇਹ ਕਰਦੇ ਸਨ ਉਹ ਕਰਨ ਤੋਂ ਬਾਅਦ ਅੱਜ ਭਾਵੇਂ ਉਹ ਚੁੱਕ ਕੇ ਚੱਲਦੇ ਨੇ ਸਾਡੇ ਸਾਹਮਣੇ, ਲੇਕਿਨ ਸਾਨੂੰ ਪਤਾ ਅੰਦਰ ਉਹਨਾਂ ਦੇ ਕੀ ਹੈ, ਅੱਜ ਵੀ ਕੀ ਹੈ। ਸਾਰੇ ਸਾਹਮਣੇ ਇੰਨਾ ਕੁਛ ਹੋਇਆ, ਜਲਾ ਦਿੱਤਾ ਗਿਆ, ਬੰਦੇ ਜਲਾਏ ਗਏ, ਸਭ ਕੁਝ ਹੋਇਆ, ਲੇਕਿਨ ਉਹ ਬੰਦੇ ਦੇਖਦੇ ਨੇ, ਮੂੰਹ ਨੀਵਾਂ ਜ਼ਰੂਰ ਕਰ ਲੈਂਦੇ ਨੇ। ਲੇਕਿਨ ਗੱਲ ਹੈ ਕਿ ਗੌਰਮੈਂਟ ਤਾਂ ਨਹੀਂ, ਗੌਰਮੈਂਟ ਪ੍ਰੋਟੈਕਸ਼ਨ ਇੱਕ ਨਹੀਂ, ਕਈ ਕਮੇਟੀਆਂ ਬਣੀਆਂ, ਕਈ ਕਮਿਸ਼ਨ ਬਣੇ, ਸਭ ਨੂੰ ਕਮਿਸ਼ਨ ਨੂੰ ਇਹਨਾਂ ਨੇ ਕੂੜੇ ਵਿੱਚ ਪਾਤਾ। ਕਦੇ ਇਨਸਾਫ਼ ਦੀ ਅਸੀਂ ਸੋਚ ਵੀ ਨਹੀਂ ਸਕਦੇ। ਕੋਈ ਹੋਰ ਕੰਟਰੀ, ਛੋਟੀ ਜਿਹੀ ਕੰਟਰੀ ਵੀ ਹੁੰਦੀ ਸ਼ਾਇਦ ਇਹ ਜਸਟਿਸ ਕਰਦੀ, ਲੇਕਿਨ ਸਾਡੀ ਕੰਟਰੀ 'ਚ ਜਿਹੜਾ ਪੋਲੀਟੀਕਲ ਸਿਸਟਮ ਇੰਨਾ ਖਰਾਬ ਹੈ, ਮੈਨੂੰ ਨਹੀਂ ਉਮੀਦ ਕਿ ਕੋਈ ਇਹੋ ਜਿਹਾ ਇਨਸਾਫ਼ ਕਦੇ ਇਹ ਪਾਰਟੀਆਂ ਦਿਵਾ ਸਕਣ। ਜੇ ਦਿੱਲੀ ਦੇ ਵਿੱਚ ਇਤਨੀ ਮਾਈਨੋਰਿਟੀ ਕਮਿਊਨਿਟੀ ਹੈ, ਸਿੱਖੀ ਦੇ ਇਲਾਵਾ ਔਰ ਵੀ ਮਾਈਨੋਰਿਟੀ ਕਮਿਊਨਿਟੀ ਹੈ, ਕੀ ਉਹ ਸੇਫ ਹੈ ਦਿੱਲੀ ਦੇ ਵਿੱਚ? ਸੇਫ ਨੂੰ ਤਾਂ ਮਤਲਬ ਅਸੀਂ ਕੀ ਕਹਿ ਸਕਦੇ, ਮਤਲਬ ਕਿ ਮੈਂ ਇੱਕ ਤਾਂ ਸਭ ਤੋਂ ਪਹਿਲਾਂ ਇਹ ਚੀਜ਼, ਮੈਂ ਵੀ ਸਿੱਖ ਫੈਮਿਲੀ ਤੋਂ ਹੈਗਾ, ਇੱਕ ਤਾਂ ਸਾਡੀ ਜਿਹੜੀ ਸਿੱਖ ਫੈਮਿਲੀ ਜਿਹੜੀ ਮਤਲਬ ਸਿੱਖ ਕੌਮ ਹੈਗੀ ਹੈ ਉਹ ਹੌਲੀ ਹੌਲੀ ਹੁਣ ਇੰਨੇ ਮਤਲਬ ਘੱਟਦੇ ਜਾ ਰਹੇ ਨੇ, ਮੋਨੇ ਹੁੰਦੇ ਜਾ ਰਹੇ ਨੇ। ਮਤਲਬ ਕਿ ਮੈਂ ਸੇਫ ਕੋਈ ਵੀ ਨਹੀਂ ਹੈ, ਮਤਲਬ ਲਗਭਗ ਦੇਖਿਆ ਜਾਏ ਤਾਂ। ਅਗਰ ਤੁਸੀਂ ਕਹਿੰਦੇ ਨਾ ਕਿ ਇਹ ਵਾਰੀ ਮਤਲਬ ਕਿ ਆਪਦੀ ਮੈਂ ਗੱਲ ਨੂੰ ਪ੍ਰੋਪਰ ਤਰੀਕੇ ਨਾਲ ਸਮਝ ਨਹੀਂ ਪਾਇਆ, ਜਿਸ ਤਰ੍ਹਾਂ ਕਿ ਆਪ ਕਹਿੰਦੇ ਕਿ ਮਤਲਬ ਸਿੱਖ ਕੌਮ ਸੇਫ ਹੈ ਦਿੱਲੀ ਦੇ ਵਿੱਚ? ਬਹੁਤ ਸਾਰੀ ਮਾਈਨੋਰਿਟੀ ਕਮਿਊਨਿਟੀ ਹੈ, ਸਪੈਸ਼ਲ ਕਮੇਟੀਜ਼ ਫਾਰਮ ਕੀਤੀ ਜਾਂਦੀ ਹੈ ਮਾਈਨੋਰਿਟੀ ਨੂੰ ਪ੍ਰੋਟੈਕਟ ਕਰਨ ਲਈ। ਸਿੱਖੀ ਦੇ ਇਲਾਵਾ ਔਰ ਵੀ ਮਾਈਨੋਰਿਟੀ ਕਮਿਊਨਿਟੀ ਕੀ ਦਿੱਲੀ ਦੇ ਵਿੱਚ ਸੇਫ ਹੈ? ਮਤਲਬ ਦੂਸਰੀਆਂ ਕੌਮਸ ਵਗੈਰਾ, ਸਿੱਖ ਤੇ ਦੂਸਰੀ ਕੌਮ? ਦਿੱਲੀ ਦੇ ਵਿੱਚ ਇੱਕ ਇਨਸਾਨ ਦੀ ਵੈਲਿਊ ਹੁੰਦੀ ਹੈ, ਦਿੱਲੀ ਦੇ ਵਿੱਚ ਸਿੱਖਾਂ ਦੇ ਨਾਲ ਨਾਲ ਕੋਈ ਹੋਰ ਕਮਿਊਨਿਟੀ ਵੀ ਸੇਫ ਹੈ? ਕਿਉਂਕਿ ਹੋਰ ਕਮਿਊਨਿਟੀਜ਼ ਦਾ ਮੈਂ ਸਮਝਣਾ ਕਿ ਕੁਛ ਸੇਫਟੀ ਹੋ ਸਕਦੀ ਹੈ, ਕਿਉਂਕਿ ਹਰ ਬੰਦਾ ਚੁੱਪ ਕਰ ਜਾਂਦਾ। ਸਿੱਖਿਜ਼ਮ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਇਹੋ ਜਿਹਾ ਨਾਅਰਾ ਦਿੱਤਾ ਕਿ ਹਰ ਇੱਕ ਦੀ ਸੇਵਾ ਕਰਨੀ ਹੈ, ਹਰ ਇੱਕ ਦੀ ਮਜ਼ਲੂਮ ਦੀ ਸੇਵਾ ਕਰਨੀ ਹੈ। ਜਦ ਇੱਕ ਸਿੱਖ ਮਜ਼ਲੂਮ ਦੀ ਸੇਵਾ ਕਰਨ ਵਾਸਤੇ ਉੱਠਦਾ, ਇਹ ਹੁਣੇ ਲੇਟੈਸਟ ਗੁਰਪ੍ਰੀਤ ਸਿੰਘ ਦਾ ਸਾਕਾ ਦੇਖ ਲਓ, ਸਫਦਰਜੰਗ ਜਿਹੜਾ, ਉਹ ਕੀ ਹੋਇਆ, ਉਹਨੇ ਕੁਛ ਨਹੀਂ ਕਿਹਾ, ਉਹ ਸਿਰਫ ਲੋਕਾਂ ਦੀ ਸੇਵਾ ਕਰਨ ਜਾ ਰਿਹਾ। ਉਹ ਹਰ ਬੰਦਾ ਇਹ ਦੇਖਦਾ ਕਿ ਸਿੱਖ ਅੱਗੇ ਕਿਉਂ ਨਿਕਲ ਕੇ ਜਾ ਰਿਹਾ, ਇਹ ਸੇਵਾ ਲੋਕਾਂ ਦੀ ਕਿਉਂ ਕਰ ਰਿਹਾ, ਕਿਉਂਕਿ ਇਹ ਫੇਮ ਹੋ ਜਾਏਗਾ, ਨੇਮ ਐਂਡ ਫੇਮ ਸਿੱਖਾਂ ਦਾ ਹੋ ਜਾਏਗਾ। ਉਹ ਲੋਕ ਬਰਦਾਸ਼ਤ ਨਹੀਂ ਕਰ ਪਾਉਂਦੇ, ਕਿਉਂਕਿ ਸਿੱਖ ਸਾਨੂੰ ਬਾਬੇ ਦੀ ਬਾਣੀ ਇੰਨੀ ਵਧੀ ਦਿੱਤੀ ਹੈ, ਹਿਊਮਨਿਟੀ ਦੀ ਸੇਵਾ ਕਰਨੀ, ਹਰ ਬੰਦੇ ਦੀ ਸੇਵਾ ਕਰਨੀ ਹੈ, ਛੋਟਾ ਹੋਵੇ ਵੱਡਾ ਹੋਵੇ ਉਹਦੀ ਸੇਵਾ ਕਰਨੀ ਹੈ। ਗੁਰਦੁਆਰਾ ਸਾਹਿਬ ਦੇਖ ਲਓ, ਕਿਸੇ ਨੂੰ ਰੋਕਿਆ ਨਹੀਂ ਜਾਂਦਾ, ਕਿਸੇ ਨਾਲ ਕੋਈ ਪਾਰਸ਼ੈਲਿਟੀ ਨਹੀਂ ਹੈ, ਲੰਗਰ ਬਰਾਬਰ ਹੈ, ਸੇਵਾ ਬਰਾਬਰ ਹੈ। ਇਹ ਕੋਈ ਕੁਛ ਲੋਕ ਇਹੋ ਜਿਹੇ ਨੇ ਕਿ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ, ਉਹ ਅੱਗੇ ਜਾ ਕੇ ਅੱਗ ਲਾਉਂਦੇ ਨੇ। ਅੱਗ ਲਾਉਣ ਤੋਂ ਬਾਅਦ ਤੁਸੀਂ ਹਾਲਾਤ ਦੇਖ ਲਓ ਕੀ ਹੁੰਦਾ, ਜਿਹੜੇ ਵੀ ਉਹਨਾਂ ਨੂੰ ਮੌਕਾ ਮਿਲਿਆ ਉਹ ਖਾਸ ਤੌਰ 'ਤੇ ਇਹੋ ਜਿਹੇ ਬੰਦੇ ਨੂੰ ਵੜਦੇ ਨੇ ਕਿ ਇਹਨੂੰ ਦਬਾ ਦਿੱਤਾ ਜਾਏ, ਇਹ ਅੱਗੇ ਨਾ ਬੋਲੇ। ਤੁਹਾਡੇ ਕੀ ਵਿਊਜ਼ ਨੇ ਸਰ?
ਮੈਂ ਕੁਝ ਸਮਝ ਨਹੀਂ ਪਾਇਆ ਮੈਂ ਸੌਰੀ ਮੈਨੂੰ ਇਸ ਬਾਰੇ ਨਹੀਂ ਪਤਾ ਸਾਡੀ ਸਾਡੀ ਇਹ ਵਾਲੀ ਜਨਰੇਸ਼ਨ ਸਾਡੀ ਯੂਥ ਜਨਰੇਸ਼ਨ ਜਦ 1984 ਦੇ ਬਾਰੇ ਸੁਣਦੀ ਹੈ ਤੇ ਉਹਨੂੰ ਕੀ ਉਸ ਤੋਂ ਕੀ ਸਿੱਖਿਆ ਲੈਂਦੀ ਹੈ ਹਾਂਜੀ ਜਨਰੇਸ਼ਨ ਨਵੀਂ ਜਨਰੇਸ਼ਨ ਕੋਲ ਸਾਡੇ ਕੋਲ ਟਾਈਮ ਨਹੀਂ ਹੈ ਸਾਫ ਜਿਹੜੀ ਗੱਲ ਹੈ ਸਾਡਾ ਪ੍ਰਚਾਰ ਸਿਸਟਮ ਭਾਵੇਂ ਬਹੁਤ ਸਿਸਟਮ ਵਧੀਆ ਉਹਦੇ ਬਾਵਜੂਦ ਨਵੀਂ ਜਨਰੇਸ਼ਨ ਕੋਲ ਟਾਈਮ ਨਹੀਂ ਹੈ ਹਰ ਬੰਦਾ ਰੋਜ਼ੀ ਰੋਟੀ ਦੇ ਵਿੱਚ ਲੱਗਿਆ ਹੈ ਨਾ ਹੀ ਸਾਡੇ ਮਾਂ ਪਿਓ ਅਸੀਂ ਲੋਕਾਂ ਨੇ ਮਾਂ ਪਿਓ ਨੂੰ ਬਹੁਤਾ ਚੀਜ਼ ਲਗਾ ਨੂੰ ਸਮਝਾ ਸਕੇ ਹਾਂ ਜਿੰਨਾ ਵੀ ਇਹ ਕੋਸ਼ਿਸ਼ ਅਜੇ ਵੀ ਪੂਰੀ ਹੈ ਮੈਂ ਸਮਝਦਾ ਪ੍ਰਚਾਰ ਦੀ ਵੀ ਕੋਈ ਕਮੀ ਨਹੀਂ ਹਰ ਜਗ੍ਹਾ 'ਤੇ ਪ੍ਰਚਾਰ ਵੀ ਹੋ ਰਿਹਾ ਲੇਕਿਨ ਨਵੀਂ ਜਨਰੇਸ਼ਨ ਕੋਲ ਅੱਜ ਟਾਈਮ ਨਹੀਂ ਹੈ ਕਿ ਉਸ ਲੈਵਲ ਦੀ ਗੱਲ ਕਰ ਸਕਣ ਜਿਹੜੀ ਲੈਵਲ 'ਤੇ ਅਸੀਂ ਲੋਕ ਬਚਪਨ 'ਚ ਕਰਦੇ ਸਾਂ ਉਹ ਸਮਾਂ ਨਾ ਹੋਣ ਕਰਕੇ ਕੋਈ ਸਿਸਟਮ ਕਰਕੇ ਸਾਡੀ ਆਪਣੀ ਪੋਲੀਟਿਕਸ ਖਰਾਬ ਹੋਣ ਕਰਕੇ ਹਰ ਬੱਚਾ ਜਿਹੜਾ ਅੱਜ ਇਸ ਸਾਈਡ ਤੋਂ ਦੂਰ ਜਾਣਾ ਜਾਂਦਾ ਕਿ ਵੀ ਇਹਨਾਂ ਦੇ ਨੇੜੇ ਨਾ ਆਓ ਗੁਰਦੁਆਰਾ ਸਾਹਿਬ ਹੀ ਆਉਂਦੇ ਨੇ ਸਿਰਫ ਮੱਥਾ ਟੇਕ ਕੇ ਦੌੜਨ ਵਾਲੀ ਗੱਲ ਹੈ ਬੈਠ ਕੇ ਸੁਣਨ ਵਾਲੀ ਗੱਲ ਮੈਂ ਸਮਝਦਾ ਅੱਜ ਵੀ ਜਨਰਲ ਸਾਡੀ ਨਿਊ ਜਨਰੇਸ਼ਨ ਜਿਹੜੀ ਹੈ ਉਹ ਤਿਆਰ ਨਹੀਂ ਹੈ ਉਹਨਾਂ ਨੂੰ ਕੋਈ ਨਾ ਕੋਈ ਹੋਰ ਤਰੀਕੇ ਕੱਢਣੇ ਪੈਣੇ ਆ ਜਿਵੇਂ ਤੁਸੀਂ ਇਹ ਬੜਾ ਸੋਹਣਾ ਕੰਮ ਕਰ ਰਹੇ ਹੋ ਮਲਟੀਮੀਡੀਆ ਦਾ ਜ਼ਮਾਨਾ ਹੈ ਇਸ ਜ਼ਮਾਨੇ ਨਾਲ ਕੋਈ ਨਾ ਕੁਛ ਲੱਗ ਸਕੇਗਾ ਲੇਕਿਨ ਇਹਨਾਂ ਕਮੇਟੀਆਂ ਤੋਂ ਪੋਲੀਟਿਕਸ ਪਾਰਟੀਆਂ ਤੋਂ ਅਸੀਂ ਉਮੀਦ ਨਹੀਂ ਲਗਾਉਂਦੇ ਕਿ ਵੀ ਉਹ ਇਸ ਤਰ੍ਹਾਂ ਸੇਫਟੀ 'ਚ ਇਹ ਚੱਲ ਸਕਣ ਧੰਨਵਾਦ ਤੁਹਾਡਾ ਸਾਡੇ ਨਾਲ ਇੱਕ ਹੋਰ ਸੰਗਤ ਹੈ ਤੁਹਾਡਾ ਨਾਂ ਜਸਵੰਤ ਸਿੰਘ ਜਸਵੰਤ ਸਿੰਘ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਕਿ ਜਦ 1984 ਦੇ ਬਾਰੇ ਜੋ ਹਾਲ ਹੋਇਆ ਅੱਜ ਤੱਕ ਅਸੀਂ ਉਹ ਭੁੱਲ ਨਹੀਂ ਪਾਏ ਹਾਂ ਜਦ ਤੁਸੀਂ ਨਾਂ ਸੁਣਦੇ ਹੋ ਤਾਂ ਤੁਹਾਨੂੰ ਕੀ ਫੀਲ ਹੁੰਦਾ ਹੈ ਕੀ ਯਾਦ ਆਉਂਦਾ ਹੈ ਐਕਚੁਅਲੀ ਮੈਂ ਉਸ ਟਾਈਮ ਔਨ ਐਵਰੇਜ 26 ਸਾਲ ਦੇ ਸੀ ਮੇਰੀ ਏਜ ਸੀਗਾ ਜਿਸ ਟਾਈਮ ਮੈਂ 84 ਭੁਗਤੇ ਹਾਂ ਪਰ ਸਾਨੂੰ ਮਤਲਬ ਉਹ ਮੇਰੇ ਮਾਪਿਓ ਕਹਿੰਦੇ ਸੀ ਕਹਿੰਦੇ ਇਹ ਸਾਕਾ ਪਹਿਲੇ ਪਾਕਿਸਤਾਨ ਜਦੋਂ ਵੱਖਰਾ ਹੋਇਆ ਤਾਂ ਹੋਇਆ ਹੁਣ ਇਹ ਦੁਬਾਰਾ ਹੋਇਆ ਪਰ ਦੁਬਾਰਾ ਜਿਹੜਾ ਹੋਇਆ ਨਾ ਇਹ ਇੱਕ ਨਸਲਕੋਸ਼ੀ ਸੀ ਇੱਕ ਮਤਲਬ ਪ੍ਰੋਪਰ ਪ੍ਰੋਗਰਾਮ ਬਣਾਇਆ ਗਿਆ ਕਿ ਸਿੱਖਾਂ ਨੂੰ ਖਤਮ ਕਰਤਾ ਜਾਏ ਹਾਲਾਂਕਿ ਸਿੱਖ ਖਤਮ ਨਹੀਂ ਹੁੰਦੇ ਇਹ ਮੁਗਲਾਂ ਟਾਈਮ 'ਤੇ ਹੋਇਆ ਕਿ ਦੋ ਸਿੱਖਾਂ ਨੇ ਫਿਰ ਰਾਜ ਸ਼ੁਰੂ ਕਰਤਾ ਸੀ ਪਰ ਕੋਸ਼ਿਸ਼ ਜਿਹੜੀ ਗੌਰਮੈਂਟ ਦੀ ਹੈ ਟਾਈਮ ਟੂ ਟਾਈਮ ਹੁੰਦੀ ਰਹਿੰਦੀ ਹੈ ਪਹਿਲੇ ਵੀ ਹੁੰਦੀ ਰਹੀ 84 'ਚ ਵੀ ਹੋਈ ਉਸ ਤੋਂ ਬਾਅਦ ਅੱਜ ਵੀ ਹੋ ਰਹੀ ਹੈ ਅੱਜ ਵੀ ਟਾਈਮ ਹੋ ਰਿਹਾ ਕਿ ਮਤਲਬ ਦੂਸਰੇ ਜਦੋਂ ਸੰਸਥਾਵਾਂ ਜਿਹੜੀਆਂ ਇਕੱਠੀਆਂ ਹੋ ਰਹੀਆਂ ਅੰਦਰੋਂ ਖਾਤੇ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਗੁਰੂ ਦਾ ਘਰ ਹੈ ਅਜੇ ਵੀ ਮਤਲਬ ਉਹਦੀ ਮਿਹਰ ਹੈ ਇਸ ਕੌਮ ਦੇ ਉੱਤੇ ਸਿੱਖਾਂ ਦੇ ਉੱਤੇ ਕਿ ਜਿਹੜੇ ਜਪ ਮਤਲਬ ਜੁੜੇ ਹੋਏ ਹਾਂ ਪਰਮਾਤਮਾ ਨਾਲ ਸ਼ਾਇਦ ਉਸ ਕਰਕੇ ਹੀ ਅਜੇ ਅਸੀਂ ਮਤਲਬ ਸਕਸੈਸ ਹੋ ਰਹੇ ਹਾਂ ਕਿ ਅਜੇ ਕੋਈ ਸਾਨੂੰ ਮਿਟਾ ਨਹੀਂ ਪਾ ਰਿਹਾ ਟਾਈਮ ਦੀ ਗੱਲ ਹੈ ਬਾਕੀ ਇਹ 84 ਦਰ ਅੱਜ ਵੀ ਜਿਹੜਾ ਜਿਨ੍ਹਾਂ ਨੇ ਨਿਪਟਿਆ ਮੇਰੇ ਵਰਗੇ ਨਿਪਟਿਆ ਅੱਜ ਵੀ ਉਹ ਰੂਹ ਕੰਬ ਜਾਂਦੀ ਹੈ ਕਿ ਦੇਖ ਕੇ ਕਿ ਸਾਡੇ ਘਰ ਦੇ ਕੁਛ ਬੰਦਿਆਂ ਨੂੰ ਨਰੇਲਾ 'ਚ ਮੇਰੇ ਫਾਦਰ ਸੀ ਮੇਰੇ ਫਾਦਰ ਸਾਹਮਣੇ ਇੱਕ ਬੰਦੇ ਨੂੰ ਸਬਜ਼ੀ ਵਾਲੇ ਨੂੰ ਕੱਟ ਕੇ ਟੁਕੜੇ ਕਰਕੇ ਕੁੱਤਿਆਂ ਅੱਗੇ ਪਾ ਦਿੱਤਾ ਕੀਤਾ ਗਿਆ ਅਤੇ ਮਤਲਬ ਉਸ ਬੰਦੇ ਮੇਰੇ ਫਾਦਰ ਨੇ ਦੇਖਿਆ ਉਸ ਤੋਂ ਬਾਅਦ ਮੇਰੇ ਸਾਹਮਣੇ ਮੇਰੇ ਮਾਤਾ ਜੀ ਆਪਣਾ ਪਹਾੜਗੰਜ ਤੋਂ ਨਰੇਲਾ ਸਟੇਸ਼ਨ ਤੱਕ ਮੇਰੇ ਫਾਦਰ ਹੁੰਦੇ ਸੀ ਉਹਨਾਂ ਦੇਖਣ ਗਏ ਰਸਤੇ 'ਚ ਅੱਧ ਜ਼ਿਲ੍ਹੇ ਸ਼ਰੀਰ ਪਏ ਟਾਇਰਾਂ ਉਹਦੇ ਲਪੇਟ ਕੇ ਉਹਨਾਂ ਨੂੰ ਸਾੜਿਆ ਗਿਆ ਮੇਰੇ ਆਪਣੇ ਘਰ ਦੇ ਕਈ ਬੰਦੇ ਜਿਹੜੇ ਹੈ ਉਹਨਾਂ ਡੈਥ ਹੋ ਗਈ ਕਿਸੇ ਨੇ ਕੋਈ ਖਬਰ ਨਹੀਂ ਲਈ ਬਸ ਉਹ ਇੱਕ ਫਾਰਮੈਲਿਟੀਆਂ ਹੋ ਗਈਆਂ ਜੀ ਹੁਣ ਇਹਨਾਂ ਨੂੰ ਇੰਨੇ ਪੈਸੇ ਦੇ ਦਿਓ ਹੁਣ ਕੋਈ ਮਤਲਬ ਉਸ ਜ਼ਖਮਾਂ ਨੂੰ ਸਿਰਫ ਹਰਾ ਕੀਤਾ ਜਾਂਦਾ ਅਦਰਵਾਈਜ਼ ਉਹ ਕਮੀ ਕੋਈ ਨਹੀਂ ਪੂਰੀ ਕਰ ਸਕਦਾ ਅੱਜ ਵੀ ਬੰਦੇ ਮਰ ਗਏ ਹੈ ਸਭ ਕੁਛ ਹੋ ਗਿਆ ਪਰ ਜਿਹੜੇ ਬੰਦੇ ਮਰ ਗਏ ਜਿਹਨਾਂ ਘਰੋਂ ਖਤਮ ਹੋ ਗਿਆ ਉਹਨਾਂ ਨੂੰ ਜਾ ਕੇ ਪੁੱਛੋ ਕੀ ਹਾਲਾਤ ਹੋਏ ਕਿਸ ਤਰ੍ਹਾਂ ਮਾਰੇ ਗਏ ਘਰੋਂ ਕੱਢ ਕੱਢ ਕੇ ਬੰਦੇ ਇੱਕ ਇੱਕ ਘਰ ਦੇ ਉੱਤੇ 200 ਬੰਦੇ ਨੇ ਅਟੈਕ ਕਰ ਦਿੱਤਾ ਉੱਥੋਂ ਜੋ ਮਿਲਿਆ ਘਿਓ ਪਾ ਕੇ ਉਹਨਾਂ ਤੇਲ ਪਾ ਕੇ ਟਾਇਰਾਂ ਗਲਾਂ ਟਾਇਰ ਪਾ ਕੇ ਸਾੜ ਦਿੱਤੇ ਗਏ ਬੰਦੇ ਉਸ ਅਸੀਂ ਉਸ ਮੰਜ਼ਰ ਨੂੰ ਦੇਖਿਆ ਆਪ ਨਵੀਂ ਪਨੀਰੀ ਨੇ ਨਹੀਂ ਦੇਖਿਆ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਹਾਂ ਉਹ ਦੁਖੀ ਹੁੰਦੇ ਹਾਂ ਕਿ ਸਾਡੇ ਨਾਲ ਇਹ ਹੋਇਆ ਬਟ ਉਹਨਾਂ ਨੇ ਭੁਗਤਿਆ ਨਹੀਂ ਹੈ ਇਸ ਵਾਸਤੇ ਉਹਨਾਂ ਨੂੰ ਇੰਨਾ ਦੁੱਖ ਨਹੀਂ ਹੋਇਆ ਜੋ ਸਾਨੂੰ ਦੇਖਣ ਵਾਲੇ ਦੁੱਖ ਹੋਇਆ ਮੈਂ ਸੁਣ ਕੇ ਬੜਾ ਬੁਰਾ ਲੱਗਿਆ ਨਵੀਂ ਪਨੀਰੀ ਇਸ ਤੋਂ ਕੀ ਸ਼ਿਕਸ਼ਾ ਲੈਂਦੀ ਹੈ ਪਨੀਰੀ ਸ਼ਿਕਸ਼ਾ ਕੀ ਲੈ ਪਨੀਰੀ ਸ਼ਿਕਸ਼ਾ ਤਾਂ ਲਏਗੀ ਜੇ ਉਹਨੇ ਦੇਖੋ ਜਿਹਨੇ ਹੰਡਾਇਆ ਹੋਵੇ ਉਹਨੂੰ ਪਤਾ ਲੱਗਦਾ ਹਾਂ ਸ਼ਿਕਸ਼ਾ ਇਹ ਹੀ ਹੈ ਕਿ ਤੁਸੀਂ ਸਿੱਖੀ ਵੱਲ ਵਧੋ ਸਿੱਖੀ ਨੂੰ ਜੋੜੋ ਤਾਂ ਕਿ ਇਹ ਜਿਹੜੀਆਂ ਤਾਕਤਾਂ ਟਾਈਮ ਬਾਈ ਟਾਈਮ ਉਹ ਅੱਜ ਪਹਿਲੀ ਵਾਰ ਨਹੀਂ ਹੋਇਆ ਵੱਡਾ ਗੱਲੂਗਾਰਾ ਛੋਟਾ ਗੱਲੂਗਾਰਾ ਸਾਕਾ ਨੀਲਾ ਤਾਰਾ ਉਸ ਤੋਂ ਬਾਅਦ ਕਈ ਇਸ ਤਰ੍ਹਾਂ ਹੁੰਦੇ ਰਹੇ ਜਿਸ ਤਰ੍ਹਾਂ ਟਾਈਮ ਟਾਈਮ 'ਤੇ ਸਾਡੇ ਨਾਲ ਇਹ ਧੱਕੇ ਹੁੰਦੇ ਰਹੇ ਹੈ ਪਰ ਜੇ ਅੱਜ ਵੀ ਪਨੀਰੀ ਸਾਡੀ ਜਿਹੜੀ ਨਵੀਂ ਹੈ ਸਾਡੀ ਨਵੀਂ ਜਨਰੇਸ਼ਨ ਹੈ ਗੁਰੂ ਨਾਲ ਜੁੜ ਕੇ ਆਪਣੀ ਕੌਮ ਨੂੰ ਇਕੱਠਾ ਨਹੀਂ ਕਰ ਸਕਦੀ ਤਾਂ ਫਿਰ ਕੋਈ ਦੁਬਾਰਾ ਫਿਰ ਕਦੀ ਇਹ ਕਦੀ ਵੀ ਹੋ ਸਕਦਾ ਅਤੇ ਉਹਨਾਂ ਨੂੰ ਪ੍ਰੀਪੇਅਰ ਹੋਣਾ ਚਾਹੀਦਾ ਕਿ ਮਤਲਬ ਇਹ ਦੁਬਾਰਾ ਵੀ ਹੋ ਸਕਦਾ ਕਿਉਂਕਿ ਜੋ ਹਾਲਾਤ ਹੈ ਉਹ ਕਦੀ ਨਹੀਂ ਵਿਕਣਗੇ ਇਹ ਇਤਿਹਾਸ ਵਾਰ ਵਾਰ ਪਲਟ ਕੇ ਆ ਹੀ ਜਾ ਰਿਹਾ ਕਿਉਂ ਅੱਜ ਪਹਿਲੀ ਵਾਰ ਨਹੀਂ ਆ ਰਿਹਾ ਮੰਨੂ ਦੇ ਟਾਈਮ 'ਤੇ ਸੀਗਾ ਵੀਰ ਮੰਨੂ ਟਾਈਮ 'ਤੇ ਬੱਚਿਆਂ ਨੂੰ ਟੋਟੇ ਟੋਟੇ ਮਾਤਾ ਗਲੇ 'ਚ ਹਾਰ ਪਵਾ ਦਿੱਤੇ ਗਏ ਉਸ ਤੋਂ ਬਾਅਦ ਸਾਕਾ ਨੀਲਾ ਤਾਰਾ ਆਇਆ ਉਸ ਤੋਂ ਬਾਅਦ ਵੱਡਾ ਗੱਲੂਕਾਰਾ ਕਈ ਮਤਲਬ ਇਸ ਤਰ੍ਹਾਂ ਸਾਡੇ ਨਾਲ ਨਸਲਕੁਸ਼ੀਆਂ ਹੋ ਚੁੱਕੀਆਂ ਕੋਈ ਪਹਿਲੀ ਵਾਰ ਨਹੀਂ ਸੀ ਪਹਿਲੇ ਹੁੰਦੀਆਂ ਆਈਆਂ ਔਰ ਅੱਗੇ ਵੀ ਹੋਣਗੀਆਂ ਜੇ ਅਸੀਂ ਅਜੇ ਵੀ ਸੁਚੇਤ ਨਾ ਹੋਏ ਤਾਂ
ਤੇ ਸਾਨੂੰ ਸੱਚੇਤ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਗੁਰੂ ਨਾਲ ਜੁੜੀਏ, ਅਸੀਂ ਆਪਣੇ ਜਿਹੜੇ ਸਾਡੇ ਕਮਿਊਨੀਕੇਸ਼ਨ ਗੈਪ ਹੋ ਚੁੱਕੇ ਹਨ, ਈਵਨ ਮਾਂ ਬਾਪ ਦੇ ਵਿੱਚ ਬੱਚਿਆਂ ਨਾਲ ਜਿਹੜਾ ਗੈਪ ਵੱਧ ਚੁੱਕਿਆ ਕਿ ਆਪਣੇ ਬੱਚਿਆਂ ਨੂੰ ਕਮਿਊਨੀਕੇਟ ਸਮਝਾ ਨਹੀਂ ਸਕਦੇ ਕਿ ਅਸੀਂ ਕੌਣ ਹਾਂ, ਕਿੱਥੋਂ ਆਇਆ, ਸਾਡੀ ਹੈ ਕੀ। ਗਲਤੀ ਸਾਡੀ ਵੀ ਹੈ ਕਿ ਅਸੀਂ ਬੱਚਿਆਂ ਨੂੰ ਸਮਝਾ ਨਹੀਂ ਪਾ ਰਹੇ। ਬੱਚਿਆਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ, ਬੱਚਿਆਂ ਨੂੰ ਗਾਈਡ ਕਰਨ, ਗੁਰੂ ਨਾਲ ਜੋੜਨ। ਮੈਂ ਅੱਜ ਦੀ ਡੇਟ ਕਰਾਂਗੇ, ਇੱਕ ਮਾਂ ਬੈਠ ਕੇ ਰਾਤ ਨੂੰ ਅਗਰ ਇੱਕ ਸਾਖੀ ਸੁਣਾਇਆ ਬੱਚਿਆਂ ਨੂੰ ਗੁਰੂ ਦੀ, ਤਾਂ ਸ਼ਾਇਦ ਉਹਦੇ ਨਾਲ ਵੀ ਬਹੁਤ ਫਰਕ ਪੈ ਜਾਵੇ। ਪਰ ਬੱਚੇ ਸੁਣਨਾ ਹੀ ਨਹੀਂ ਚਾਹੁੰਦੇ। ਅਗਰ ਬੱਚੇ ਸੁਣਨਾ ਚਾਹੁਣ, ਉਹਨਾਂ ਦੇ ਮਾਪੇ ਜ਼ਰੂਰ ਸੁਣਾਉਣਗੇ ਅਤੇ ਅੱਗੇ ਵਧੇਗਾ। ਧੰਨਵਾਦ ਬਹੁਤ ਬਹੁਤ। ਅੱਛਾ, ਕਿ ਇੱਕ ਇਹ ਪਹਿਲੀ ਵਾਰ ਨਹੀਂ ਹੋਇਆ ਸੀ, ਪਹਿਲੇ ਵੀ ਹੋ ਚੁੱਕਿਆ ਸੀ, ਅਤੇ ਅੱਜ ਦੀ ਡੇਟ ਵਿੱਚ ਮਾਈਨੋਰਿਟੀ ਕਮਿਊਨਿਟੀ ਜਿੰਨੀ ਵੀ ਹੈ ਸਿੱਖ ਦਿੱਲੀ ਦੇ ਵਿੱਚ, ਉਹ ਸੇਫ ਹੈ ਕਿ? ਕਿਸੇ ਜਗ੍ਹਾ ਦਾ ਸਿੱਖ ਸੇਫ ਹੈ ਹੀ ਨਹੀਂ, ਨਾ ਸੀ, ਨਾ ਹੈ ਅਤੇ ਨਾ ਹੋਏਗਾ। ਅਗਰ ਇਹ ਹਾਲਾਤ ਜੋ ਅੱਜ ਹੋ ਰਹੇ ਤਾਂ ਵੀ, ਔਰ ਇਹਦੇ 'ਚ ਗਲਤੀ ਸਾਡੇ ਲੀਡਰਾਂ ਦੀ ਵੀ ਹੈ, ਸਿਰਫ ਆਪਣੀਆਂ ਚੰਦ ਸੀਟਾਂ ਦੀ ਖਾਤਰ ਉਹ ਵੱਡੀ ਵੱਡੀਆਂ ਸਰਕਾਰਾਂ ਨਾਲ ਸੌਦੇ ਕਰ ਲੈਂਦੀਆਂ, ਉਹਨਾਂ ਸਮਝੌਤੇ ਕਰਕੇ ਫਿਰ ਸਾਨੂੰ ਉਸ 'ਤੇ ਪੱਟੂ ਫੜਾ ਕੇ ਉਸ ਤਰ੍ਹਾਂ ਹੀ ਸਮਝਾਇਆ ਜਾਂਦਾ ਹੈ ਕਿ ਨਹੀਂ ਜੀ, ਇਸ ਤਰ੍ਹਾਂ ਹੋ ਰਿਹਾ, ਠੀਕ ਹੋ ਰਿਹਾ। ਗਲਤੀ ਸਾਡੀ ਨਹੀਂ, ਸਿਰਫ ਸਾਡੇ ਲੀਡਰ ਦੀ ਗਲਤੀ ਹੈ। ਸਾਨੂੰ ਪ੍ਰੋਪਰ ਆਗੂ ਨਹੀਂ ਮਿਲੇ ਹੋਏ ਜਿਹੜੇ ਆ ਕੇ ਸਿਰ ਆਪਣਾ ਸਿਰ ਤਲੀ ਰੱਖ ਕੇ ਚੱਲਣ, ਤਾਂ ਉਹਦੇ ਨਾਲ 10 ਬੰਦੇ ਚੱਲਣ। ਜੇ ਲੀਡਰ ਅੱਛਾ ਹੋਏਗਾ ਤਾਂ ਉਹਦੇ ਪਿੱਛੇ ਕੌਮ ਦੌੜੇਗੀ ਦੌੜੇਗੀ। ਸਾਨੂੰ ਕੋਈ ਲੀਡਰ ਨਹੀਂ ਮਿਲਿਆ ਹੋਇਆ ਜਿਹੜਾ ਮਤਲਬ ਸਾਨੂੰ ਕਹੇ ਕਿ ਹਾਂ ਚਲੋ ਮੇਰੇ ਨਾਲ, ਮੈਂ ਪਹਿਲਾ ਸਿਰ ਦੇਣਾ। ਜੇ ਸਾਕਾ ਪੰਜਾ ਸਾਹਿਬ ਹੁੰਦਾ, ਸਾਕਾ ਨਗਾਣਾ ਸਾਹਿਬ ਹੁੰਦਾ, ਅਤੇ ਉੱਥੇ ਜਿਹੜੇ ਪਹਿਲੇ ਆਗੂ ਸੀ ਨਾ, ਉਹਨਾਂ ਨੇ ਪਹਿਲੇ ਆਪ ਨੂੰ ਕਟਵਾਇਆ ਆਪਣੇ ਆਪ ਨੂੰ, ਅਤੇ ਸਿੱਖ ਉਹਦੇ ਪਿੱਛੇ ਦੌੜ ਪਿਆ। ਅੱਜ ਕਿਹੜਾ ਆਗੂ ਹੈ ਜਿਹੜਾ ਖੁਦ ਮਰਨਾ ਚਾਹੁੰਦਾ ਹੋਵੇ? ਸਾਰੇ ਏਰੀਏ ਬੈਠ ਕੇ ਮਸਲੇ ਹੱਲ ਕਰ ਲੈਂਦੇ ਆ, ਗੱਲ ਕਰ ਲੈਂਦੇ। ਤੁਸੀਂ ਇਹ 1984 ਦੇ ਬਾਅਦ ਕਈ ਕਮੇਟੀ ਬਣੀ, ਸਪੈਸ਼ਲ ਕਮੇਟੀਜ਼ ਫੋਰਮ ਹੋਈ ਕਿ ਇਹਨਾਂ ਦੇ ਬਾਰੇ ਐਕਸ਼ਨ ਲਿੱਤਾ ਜਾ ਸਕੇ, ਉਹਨਾਂ ਨੂੰ ਜਸਟਿਸ ਮਿਲੇ। ਕਈ ਮੂਵੀ ਅਤੇ ਕਈ ਨੋਵਲਸ ਵੀ ਆਈਆਂ, ਇਹਨਾਂ ਦਾ ਕਿੰਨਾ ਯੋਗਦਾਨ ਸੀ, ਇਹਨਾਂ ਨੇ ਕਿੰਨਾ ਸਪੋਰਟ ਕੀਤਾ? ਯੋਗਦਾਨ ਨਹੀਂ ਸੀ, ਨਥਿੰਗ। ਕਿਸੇ ਕਮੇਟੀ ਨੇ ਜੋ ਵੀ ਕੀਤਾ, ਬਸ ਆਪਣੀ ਫਾਰਮੈਲਿਟੀ ਕੀਤੀਆਂ, ਅਖੰਡ ਪਾਠ ਖਵਾਤੇ ਗਏ ਜੂਨ ਦੇ ਵਿੱਚ, ਅਖੰਡ ਪਾਠ ਖਵਾਤੇ ਗਏ ਮਾਰਚ ਦੇ ਵਿੱਚ। ਕੋਈ ਵੀ ਜਿਹੜੇ 6-6 ਮਹੀਨੇ ਦੇ ਬੱਚਿਆਂ ਨੂੰ ਮਾਰ ਦਿੱਤਾ ਗਿਆ, ਸਾਕੇ ਨਹੀਂ, ਕਿਸੇ ਨੇ ਕੁਛ ਪੁੱਛਿਆ ਉਹਨਾਂ ਬੱਚਿਆਂ ਦੇ ਪਾਸ? ਹਾਂ, ਜਿਹੜੀ ਗੌਰਮੈਂਟ ਆਉਂਦੀ ਹੈ ਉਹ ਇੱਕ ਡੋਨੇਸ਼ਨ ਦਾ ਚੈੱਕ ਦੇ ਦਿੰਦੀ ਹੈ, ਲਓ ਜੀ 5 ਲੱਖ ਦਾ ਚੈੱਕ ਦਿੱਤਾ, ਕਿਆ ਉਹਦੇ ਨਾਲ ਭਰਪਾਈ ਹੋ ਸਕਦੀ ਹੈ? ਉਹ ਬੰਦੇ ਜਾ ਜਿਹੜੇ ਮਰ ਗਏ, ਜਿਹੜੇ ਘਰ ਦੇ ਬੰਦੇ ਸਾਹਮਣੇ, ਮੈਂ ਤੁਹਾਨੂੰ ਛੋਟਾ ਪਹਿਲੇ ਤੁਹਾਨੂੰ ਦਿੱਤਾ ਕਿ ਜਿਹੜੀ ਔਰਤ ਦੇ ਸਾਹਮਣੇ ਉਹਦੇ ਆਦਮੀ ਨੂੰ ਕੱਟ ਕੇ ਕੁੱਤਿਆਂ ਦੇ ਅੱਗੇ ਪਾ ਦਿੱਤਾ ਗਿਆ, ਕਿਆ ਉਹਦੀ ਕੋਈ ਭਰਪਾਈ ਕਰੇਗਾ? 5 ਲੱਖ, 7 ਲੱਖ, 10 ਲੱਖ ਦੇ ਨਾਲ ਉਹਨੂੰ ਕੀ ਜਸਟਿਸ ਮਿਲੇਗਾ? ਅੱਜ ਅਗਰ ਜਸਟਿਸ ਮਿਲ ਵੀ ਜਾਏ, ਮੈਂ ਕਹਿੰਦਾ ਚਲੋ ਇੱਕ ਛੋਟੀ ਜਿਹੀ ਗੱਲ ਹੈ, ਕਰ ਲੈਂਦੇ ਹਾਂ ਕਿ ਅਸੀਂ ਦੋ ਜੀ ਹੁਣ ਇਹਨਾਂ ਨੇ ਸਾਡੇ ਨਾਲ ਭੁਗਤਿਆ, ਹੁਣ ਪਰਮਾਤਮਾ ਇਹਨਾਂ ਨੂੰ ਦੁਖੀ ਕਰ ਰਿਹਾ, ਪਰ ਉਹਦੇ ਨਾਲ ਸਾਨੂੰ ਕੀ ਸੁੱਖ ਮਿਲ ਰਿਹਾ? ਸਾਨੂੰ ਤਾਂ ਕੁਛ ਨਹੀਂ ਮਿਲਿਆ ਉਹਦੇ ਨਾਲ, ਸਾਡੀ ਕੀ ਪਰਵਾਹੀ ਹੋਈ? ਬੰਦਾ ਮਰ ਗਿਆ, ਅਸੀਂ ਲਓ ਜੀ ਇਹਨੇ ਭੁਗਤਿਆ, ਹੁਣ ਇਹ ਭੁਗਤ ਰਹੇ ਹਾਂ, ਉਹ ਭੁਗਤ ਰਹੇ ਹਾਂ, ਪਰ ਉਹਦੇ ਭੁਗਤਣ ਨਾਲ ਕਿਆ ਸਾਨੂੰ ਪ੍ਰਾਪਤੀ ਹੋ ਰਹੀ ਹੈ? ਕੁਛ ਕੁਛ ਨਹੀਂ ਹੋ ਰਹੀ। ਕਹਿਣਾ ਨੋ ਯੂਰ ਨੇਮ? ਆਈ ਐਮ ਨਿਸ਼ਿਤਾ ਜੋਸ਼ੀ। ਓਕੇ ਨਿਸ਼ਿਤਾ, ਹੈਵ ਯੂ ਹਰਡ ਅਬਾਊਟ 1984 ਰਾਈਟਸ ਵਿਚ ਹੈਪਨਡ ਇਨ ਦਿੱਲੀ? ਯੈਸ ਆਈ ਹੈਵ। So 33 years have been passed, still justice is not provided to the people over there who suffered. Many children lost their parents, many parents lost their children. We cannot compensate to the human loss at any cost, but still no justice is available. What are your views on this? This is completely inhuman. First of all, this should not have happened, and even if it has taken place, justice should be provided, because 33 years is a long span of time, and no one can cover the loss, or even sympathy could not heal anything. So basically, for those who have suffered the loss, they should demand justice, and the verdict which is not yet given, so that should be there, like justice milna chahiye. That's right, that's true. What is your name? I'm Sneha. Okay, Sneha, Sneha, what are your views that 33 years have been passed, still no justice is available, still no justice is there for the people who suffered, and we cannot compensate to the physical, to the emotional loss they suffered during that time? So what are your views on this? My views are as same as hers. I mean, justice should be given. I mean, it should be provided, because it's been 33 years, as you mentioned, and it's a very huge time, and nothing can compensate their loss or something like that. That's it. Do you think minorities community which are in Delhi, are they safe? Are they safe? I'm not sure about it, but minorities
should not be treated inferior. That's all I want to say. They should be given equal rights and they should be provided with equal attention. That's all. Many movies were there who they came up with the cause why it happened. They came up with the cause, they came up with the suffering of the people. But after all these movies, after all these novels, okay, what recommendations or what feedback or what steps are taken by the government? There are no steps as such. They are just 2-3 days ka sympathy period and then everything is back to normal. They are not taking any steps, any actions towards, you know, giving justice or compensating things. But it's just the same thing. Nothing is happening, I suppose. Special constitutions are also being formed after whatever happened, but still no justice is there, but still nothing is there. So what do you basic think? Is there any lag which are having in our government, or is there any lag in the decision taking process? What do you think as a human? What do you think are the future of the citizens we are taking, of the common human beings, are safe in Delhi? Maybe the government is just trying to, you know, hide it and not pay attention to it so that it doesn't, you know, evolve, matlab bahut bada issue na ban jaye. Maybe that's why they're not trying to solve it or trying to give justice to them. And as for safety, there are a lot of types of things that should be taken care of in Delhi. Mm-hmm. So this is one of them. Yeah, this is the capital of India, so this place should be, you know, the safest one, but it isn't. I just want to know your name first. Arushi. Arushi, yes. Delhi is the capital of India and we all are bothered about the safety, right? So the... Very ironical to see that the capital of India is not the safest. Yes. Yeah. So this is what I wanted to say. Yeah. We have seen in our past experience many minorities are always evicted due to the disturbance of the political orders which are happening all over. But in all this political interference or all in all this political order, the common human being life is suffered. We cannot compensate to the human laws, but finally what we are having in our hand is like the loss of the human life. So what are your views on this? Loss of human life... It'll happen because you can't help it. You can't help people from doing violence or killing or murdering, because this will take place. If riots will happen, this will take place and there is no going back to it. But we can help out by giving them justice. That is all we can do. And that is all we can do. And if they're not getting justice, then I don't know. There's something wrong with the government. The government should take action. They should do something about it because this is not right. As a normal human being, as a very ordinary person, I feel that justice should be given and it is important. Yeah, that is it, I would like to say. What's your name? Soumya. Soumya, as a human, what do you think? Are you safe? Or whatever happened, when you remind of these cases, when you have heard about all the whatever happened during that time, so what is your first point of view which comes in your mind? First of all, that is cruelty, and the irony behind it is that the government says that India is a secular state. Yes. So each religion should be treated equally. If Muslims or any other Christians, in fact, if other minority community, if you say, get rights, then this is a basic human thing to do, to give them justice. Once you're saying that India is a secular state, then you should treat humans as humans first and then treat them based on their religions. So justice should be given. And as far as Delhi is concerned, Delhi is the capital of India, as you know. But then this is famous for crimes as well. So as a girl, as a human, I don't think Delhi is safe. Like, we can't even go out at dark. So thinking about this is really a nightmare for us. So yeah, that's all. Do you think in all this political disturbance which is happening all over the country, human people, who is suffering? In all the political disorders or in all the political interference or superiority, who is the person who basically suffers?
common humans. Yeah. So what are the what the steps we should take in order to safeguard our interest? Humans should stand for themselves, because if we won't even take stand for ourselves, then we can't expect others to take stand for ourselves. Unity, strength. So one person will not help. If we unite together, we can do something about it. So it's not always the power of one. We have to unite. And that is how it will happen. That is how we'll get justice. We say it's been 33 years, but then we can't wait for long. If it's been 33 years, actions are taking place. They are slow, but they are taking place. So what if we do it now? What if we collect our voices and speak up? What if we raise our voices and get the justice we want and everyone deserves? The result of any decision will be taking a natural time process, natural decision-making process, because it is on a national level and we have to take some decisions. But 33 years do justify the time span which is required for this? Would you like to say something about it? Yeah. 33, any decision process, whenever a crime or happened over in Delhi, there is a natural time process in decision making, right? But 33 years is natural, a very long time. Does this justify? This doesn't even justify. I mean, the people who had suffered, maybe some are no longer here, or they're very old to, you know, fight for anything more. Yeah. 33 years is very long time, and it's not right in any sense, in any way. Half of the life has been spent in this 33 years. So how much patience they are, all the victims are having? I don't know about patience. People might be, people can be, you know, feeling bad about themselves and about the family, and they might not have moved on from this thing because it leaves a very deep, you know, it's kind of assaulting and kind of depressing. The thing is being repeated for 33 years, every day or every hearing, they are going through the same thing which has had national happened. Emotional trauma. Yeah. Yeah, they are not able to come out of exactly. The actual picture. Exactly. What are your views? Even if they get justice, they might not be able to overcome this fact that it took 33 years or more than 33 years to, you know, stand for themselves and you know, receive justice for what they knew, like, they were right. So to get that, they would not be able to, you know, believe the fact that actually be happy about it, that they got justice after 33 or more than 33 years. That's because not, now it's not worth just it. Like it's not worth it. Because you want it. Nothing. Do you want to share something? I would like to say that maybe there are some people who must have lost hope, because it's taken so long, such a long span, and, you know, nothing has happened about it. And but there are some who still have hope that, yeah, you know, we may get justice. We may, you know, get justice. Yeah. So, but let's see. Hope for the best. But that doesn't mean that 33 years justify it. Because obviously, when bomb attacks happen, when terror attacks happen, then they usually get justice like in 10 years or 12 years as our government's time takes place. But then 33 years is like, it's not justified for anything. Like, you can't even justify it for the people who have lost their lives, who have lost their families. Someone was someone's dad, father, son, mother. You don't know. And if this happens to you, your family, then people will stand up. If think of them as your family. We are one family after all. So that's all. Thank you so much for sharing your views. Thank you. ਸਾਡੇ ਨਾਲ ਇੱਕ ਹੋਰ ਸੰਗਤ ਹੈ, ਤੁਹਾਡਾ ਨਾਂ? ਹਾਂਜੀ, ਮੈਂ ਗੁਰਚਰਨ ਸਿੰਘ, ਡਿਸਟ੍ਰਿਕਟ ਮੋਗਾ, ਪੰਜਾਬ ਤੋਂ ਆ ਰੱਖਿਆ, ਬੰਗਲਾ ਸਾਹਿਬ ਦੇ ਦਰਸ਼ਨ ਕਰਨ ਲਈ ਆ ਰੱਖਿਆ ਮੈਂ। ਅੱਜ ਮੈਨੂੰ ਪਤਾ ਲੱਗਿਆ ਕਿ ਇੱਥੇ ਅਕਾਲ ਚੈਨਲ, ਜੋ ਪੰਜਾਬ ਦੇ ਵਿੱਚ ਨਕਲ ਕੁੰਸੀ ਹੋਈ, ਦਿੱਲੀ ਦੇ ਵਿੱਚ ਹੋਈ, ਸਾਡੇ ਸਿੱਖ ਕੌਮ ਨੂੰ ਟਾਰਗੇਟ ਬਣਾ ਕੇ ਕੱਟੜਵਾਦੀ ਜੋ ਹਿੰਦੂਵਾਦ ਸੀ, ਉਹਨਾਂ ਨੇ ਸਾਡੇ ਸਿੱਖ ਕੌਮ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਦਿੱਲੀ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਨੂੰ ਬੇਪਤ ਕਰਕੇ ਉਹਨਾਂ ਨੇ ਆਪਣੀ ਭੜਾਸ ਕੱਢੀ। ਜੋ ਸਿੱਖ ਕੌਮ ਦੀ ਇਹ ਪੀੜ ਹੈ,
ਅਸੀਂ ਕਦੇ ਵੀ ਨਹੀਂ ਭੁੱਲ ਸਕਦੇ। ਸਾਡੇ ਇਤਿਹਾਸ ਦੇ ਵਿੱਚ ਇਹ ਕਾਲੇ ਅੱਖਰਾਂ ਦੇ ਨਾਲ ਲਿਖੀ ਗਈ ਪੀੜ ਜਿਹਨੇ ਸਾਡੇ ਪੰਜਾਬ ਦੇ ਵਿੱਚ ਬਲਿਊ ਸਟਾਰ ਕਰਾਇਆ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਕੌਮ ਆ ਜੋ ਸਾਡੀ ਪੀੜ੍ਹੀਆਂ ਬੱਚੇ ਆ ਸਾਡੇ ਉਹਨਾਂ ਦੇ ਅੱਖਾਂ ਦੇ ਵਿੱਚੋਂ ਅੱਜ ਤੱਕ ਵੀ ਅਸੀਂ ਅੱਥਰੂ ਨਹੀਂ ਪੂੰਝ ਸਕਦੇ। 33 ਸਾਲ ਹੋ ਚੁੱਕੇ ਨੇ ਇਹ ਗੱਲ ਨੂੰ ਬਟ ਅੱਜ ਵੀ ਜਸਟਿਸ ਨਹੀਂ ਮਿਲਿਆ, ਤੁਹਾਨੂੰ ਕੋਈ ਉਮੀਦ ਹੈ ਕਿ ਅੱਗੇ ਜਸਟਿਸ ਮਿਲ ਸਕਦਾ ਹੈ? ਸਾਡੇ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ 10 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਰਹੀ ਆ। ਸਾਡੇ ਪੰਜਾਬ ਦੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਸਮੇਂ ਸਮੇਂ 'ਤੇ ਕੇਂਦਰ ਸਰਕਾਰ ਕੋਲ ਸਾਡੇ ਪੰਜਾਬ ਦੇ ਸਿੱਖਾਂ ਦੇ ਨਾਲ ਹੋਈ ਨਕਲਕੋਸੀ ਦੰਗਾ ਪੀੜਤ ਜੋ ਸਾਡੇ ਪੰਜਾਬ ਦੇ ਵਿੱਚ ਉਹਨਾਂ ਦੇ ਇਨਸਾਫ ਦੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਸਮੇਂ ਸਮੇਂ 'ਤੇ ਕੇਂਦਰ ਸਰਕਾਰ ਕੋਲ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਈ ਪਰ ਅਜੇ ਤੱਕ ਕਰਾਂਗੇ, ਅੱਜ ਕਰਾਂਗੇ, ਕੱਲ੍ਹ ਕਰਾਂਗੇ, ਅਸੀਂ ਜਾਂਚ ਬਿਠਾਵਾਂਗੇ ਦੇ ਲਾਰੇ ਹੀ ਮਿਲ ਰਹੇ ਨੇ ਜਿਸ ਦੇ ਉੱਤੇ ਸਾਡੇ ਪੰਜਾਬ ਨੂੰ ਇਨਸਾਫ ਮਿਲਣ ਦੀ ਕੋਈ ਆਸ ਨਹੀਂ। ਸਰ ਮੈਂ ਤੁਹਾਡਾ ਨਾਮ ਪੁੱਛ ਸਕਦੀ ਹਾਂ? ਹਾਂਜੀ, ਮੈਂ ਅਵਤਾਰ ਸਿੰਘ। ਸਰ ਜਿਵੇਂ ਇਹਨਾਂ ਨੇ ਦੱਸਿਆ ਕਿ ਗਵਰਨਮੈਂਟ ਲਾਰੇ ਤੇ ਲਾਰੇ ਦੇ ਹੀ ਜਾ ਰਹੀ ਹੈ, ਬੜੀ ਕੋਨਸਟੀਟਿਊਸ਼ਨ ਸਪੈਸ਼ਲ ਕੋਨਸਟੀਟਿਊਸ਼ਨ ਬਣਿਆ ਕਿ ਇਹਦੇ ਬਾਅਦ ਐਕਸ਼ਨ ਲਿੱਤਾ ਜਾਏ, ਜਿਹੜੇ ਪੀੜਿਤ ਹੋਣ ਉਹਨਾਂ ਨੂੰ ਸਪੋਰਟ ਕੀਤਾ ਜਾਏ, ਉਹਨਾਂ ਦੀ ਤਰਫ ਜਸਟਿਸ ਦਿੱਤਾ ਜਾਏ, ਕਿਸ ਹੱਦ ਤੱਕ ਇਹ ਸਭ ਪੋਸੀਬਲ ਹੋ ਸਕਿਆ? ਮੈਂ ਸਮਝਦਾ ਕਿ ਹਜੇ ਤੱਕ ਕੁਝ ਵੀ ਪੋਸੀਬਲ ਨਹੀਂ ਹੋ ਸਕਿਆ ਕਿਉਂਕਿ ਕਾਫੀ ਬੀਬਾ ਹਰਸਿਮਰਤ ਕੌਰ ਜੀ ਬਾਦਲ ਭਾਅ ਸਾਹਿਬ ਨੇ ਦੱਸਿਆ ਜੀ ਕਿ ਉਹ ਕਾਫੀ ਵਾਰ ਮੁੱਦਾ ਉਠਾ ਚੁੱਕੇ ਹੈ ਪਰ ਅਜੇ ਤੱਕ ਹਰ ਵਾਰ ਹੀ ਇਹ ਕਿਹਾ ਜਾਂਦਾ ਕਿ ਜੋ ਇਹ ਹੈ 84 ਦਾ ਜੋ ਦੰਗੇ ਪੀੜਤ ਹੈ ਉਹਨਾਂ ਨੂੰ ਉਹਨਾਂ ਦੀ ਹੈਲਪ ਵੀ ਕੀਤੀ ਜਾਊਗੀ ਅਤੇ ਉਹਨਾਂ ਨੂੰ ਜਿਹੜਾ ਜਸਟਿਸ ਹੈ ਉਹ ਮਿਲੇਗਾ। ਪਰ ਉਮੀਦਾਂ ਲਾ ਕੇ ਲੋਕ ਬੈਠੇ ਆ ਘਰਾਂ ਦੇ ਵਿੱਚ ਅਤੇ ਉਹਨਾਂ ਦੇ ਜਿਹੜੇ ਬੱਚੇ ਹੈ ਉਹ ਆਪਣੇ ਮਾਤਾ ਪਿਤਾ ਨੂੰ ਅਤੇ ਕੁਝ ਆਪਣੇ ਦਾਦਾ ਦਾਦੀ ਨੂੰ ਸਾਰੇ ਹੀ ਮਿਸ ਕਰਦੇ ਆ ਕਿਉਂਕਿ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਮਤਲਬ ਜਿਨ੍ਹਾਂ ਨਾਲ ਇਹ ਮਤਲਬ ਵਾਪਰੀ ਹੈ ਘਟਨਾ ਇਹ ਉਹਨਾਂ ਦੇ ਦਿਲ ਜਾਣਦੇ ਆ ਅਤੇ ਜਾਂ ਪੰਜਾਬ ਜਿਨ੍ਹਾਂ ਨੇ ਦੇਖਿਆ ਉਹ ਜਾਣਦੇ ਆ। ਇਹ ਤਾਂ ਸਿਰਫ ਲਾਰੇ 'ਤੇ ਲਾਰਾ ਲੱਗ ਰਿਹਾ ਕਿ ਮਤਲਬ ਕਿ ਜਸਟਿਸ ਮਿਲੂਗਾ ਪਰ ਉਮੀਦ ਕੋਈ ਨਹੀਂ। ਸਰ ਤੁਹਾਨੂੰ ਕੀ ਲੱਗਦਾ ਹੈ ਇਹ ਕੋਨਸਟੀਟਿਊਸ਼ਨ ਬਣਨ ਦਾ, ਇਤਨੀ ਮੂਵੀਆਂ ਆਈਆਂ ਜਿਨ੍ਹਾਂ ਨੇ ਇਹ ਟੋਪਿਕ ਚੁੱਕਿਆ, ਦੱਸਿਆ ਕਿ ਵਿਕਟਿਮਸ ਦੇ ਨਾਲ ਕੀ ਹੋਇਆ, ਕਈ ਨੋਵਲਸ ਲਿਖੀ ਗਈਆਂ ਜਿਹਦੇ ਵਿੱਚ ਦੱਸਿਆ ਗਿਆ ਕਿ ਕੀ ਹਾਲ ਚਾਲ ਸੀ ਉਸ ਟਾਈਮ ਦੇ ਵਿੱਚ, ਕਿ ਸਫ਼ਰ ਕੀਤਾ ਲੋਕਾਂ ਨੇ, ਇਹ ਸਾਰੀ ਮੂਵੀ ਦਾ, ਇਹ ਸਾਰੀ ਨੋਵਲਸ ਦਾ ਕਿਸ ਹੱਦ ਤੱਕ ਸਪੋਰਟ ਰਿਹਾ ਹੈ? ਦੇਖੋ ਜੀ, ਜਿਹੜੀਆਂ ਇਹ ਫਿਲਮਾਂ ਬਣੀਆਂ, ਨਾਵਲਕਾਰਾਂ ਨੇ ਨਾਵਲ ਲਿਖੇ ਆ, ਉਹਨਾਂ ਨੇ ਇਤਿਹਾਸ ਲਿਖ ਦਿੱਤਾ ਪਰ ਜੋ ਵਾਪਰਿਆ ਉਹ ਤਾਂ ਸਾਡੀ ਸਿੱਖ ਕੌਮ 'ਤੇ ਵਾਪਰਿਆ। ਉਹ ਉਹਨਾਂ ਨੂੰ ਬਹੁਤ ਯਾਦ ਕਰਦੇ, ਉਸ ਸਮੇਂ ਨੂੰ ਦੇਖ ਕੇ ਉਹ ਆਪਣੇ ਅੱਥਰੂ ਨਹੀਂ ਰੋਕ ਸਕਦੇ। ਪਰ ਉਹਨਾਂ ਨੇ ਕਈ ਵਾਰੀ ਸੰਘਰਸ਼ ਕੀਤਾ, ਉਹਨਾਂ ਦੇ ਸੰਘਰਸ਼ ਹਮੇਸ਼ਾ ਜਿੱਦਾਂ ਪਿਛਲੀ ਸਰਕਾਰ ਦੇ ਵਿੱਚ ਜੋ ਕਾਂਗਰਸ ਸਰਕਾਰ ਸੀ ਸੈਂਟਰ ਦੇ ਵਿੱਚ, ਉਹਨਾਂ ਨੇ ਆਪਣੇ ਸੱਜਣ ਕੁਮਾਰ ਜਾਖੜ ਅਤੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਇਸ ਮਾਮਲੇ ਵਿੱਚ। ਦੁਬਾਰਾ ਜਦੋਂ BJP ਦੀ ਸਰਕਾਰ ਆਈ ਹੈ ਕੇਂਦਰ ਦੇ ਵਿੱਚ, ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਾਡੇ ਮੈਂਬਰ ਪਾਰਲੀਮੈਂਟ ਪਰਮਜੀਤ ਕੌਰ ਗੁਲਸ਼ਨ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੋਦੀ ਸਾਹਿਬ ਅਤੇ ਗ੍ਰਹਿ ਮੰਤਰੀ ਸਰਦਾਰ ਸ਼੍ਰੀ ਰਾਜਨਾਥ ਸਿੰਘ ਜੀ ਨੂੰ ਮਿਲੇ ਸੀ। ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਭਾਜਪਾ ਸਰਕਾਰ ਦੇ ਹੁੰਦੇ ਹੁੰਦੇ ਜਿੰਨੇ ਵੀ ਇਹ ਦੋਸ਼ੀ ਹੈ ਇਹਨਾਂ ਨੂੰ ਅਸੀਂ ਸਖ਼ਤ ਸਜ਼ਾਵਾਂ ਦੇਵਾਂਗੇ। ਪਰ ਉਮੀਦ ਕਰਦੇ ਹਾਂ ਕਿ ਕਿਉਂਕਿ ਸਰਕਾਰਾਂ ਬਦਲ ਜਾਂਦੀਆਂ, ਹਰ ਸਰਕਾਰ ਤੋਂ ਉਮੀਦ ਲਾਈ ਬੈਠੇ ਹਾਂ ਪਰ ਮਿਲਦਾ ਕੁਛ ਵੀ ਨਹੀਂ। ਜਿਵੇਂ ਭਾਜਪਾ ਸਰਕਾਰ ਨੂੰ, ਮੋਦੀ ਦੀ ਸਰਕਾਰ ਨੂੰ ਆਏ 3 ਸਾਲ ਹੋ ਚੁੱਕੇ ਨੇ, ਬਟ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਸੀ ਕਿ ਕੋਈ ਨਾ ਕੋਈ ਸਟੈਪ ਲਿੱਤਾ ਜਾਵੇਗਾ, ਵਿਕਟਿਮਸ ਨੂੰ ਇਨਸਾਫ ਮਿਲੇਗਾ, ਕਿਸ ਹੱਦ ਤੱਕ ਪੋਸੀਬਲ ਹੋਇਆ? 3 ਸਾਲ ਆਲਰੇਡੀ ਗੁਜ਼ਰ ਚੁੱਕੇ ਨੇ। ਮਾਨਯੋਗ ਰਾਜਨਾਥ ਸਿੰਘ ਜੀ ਗ੍ਰਹਿ ਮੰਤਰੀ ਨੇ ਸਾਡੇ ਪੰਜਾਬ ਦੇ ਵਿੱਚ 1.5 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਚੱਪੜਚਿੜੀ ਵਿਖੇ ਯਾਦਗਾਰੀ ਉਦਘਾਟਨ, ਉਹਨਾਂ ਦਾ ਜਨਮ ਦਿਨ ਮਨਾਇਆ ਸੀ। ਉਸ ਸਮੇਂ ਪੰਜਾਬ ਦੇ ਵਿੱਚ ਗ੍ਰਹਿ ਮੰਤਰੀ ਜੀ ਆਏ ਸੀ, ਉਹਨਾਂ ਨੇ ਸਾਨੂੰ ਇਹ ਕਿਹਾ ਸੀ ਕਿ ਇਹ ਤੁਹਾਡੇ ਜ਼ਖਮ ਨਹੀਂ, ਇਹ ਸਾਡੇ ਜ਼ਖਮ ਹੈ। ਜੋ ਪੰਜਾਬ ਵਾਸੀ ਹੈ, ਜੋ ਦਿੱਲੀ ਦੇ ਸਿੱਖ ਕੌਮ ਹੈ, ਇਹਨਾਂ ਦੇ ਜ਼ਖਮ ਨਹੀਂ, ਉਹ ਸਾਡੇ ਦਿਲ 'ਤੇ ਜ਼ਖਮ ਲੱਗੇ ਆ। ਮੈਂ ਜਲਦੀ ਹੀ ਇਸ ਦਾ ਕਮਿਸ਼ਨ ਗਠਨ ਕਰਕੇ ਤੁਹਾਨੂੰ ਇਸ ਦੀ CBI ਜਾਂਚ ਕਰਾਊਂਗਾ, ਬਟ ਕਿ ਅਜੇ ਤੱਕ ਕੋਈ ਸਾਨੂੰ ਇਸ ਦਾ ਉਹ ਜ਼ਿਕਰ ਹੀ ਨਹੀਂ ਹੋਇਆ ਉਸ ਤੋਂ ਬਾਅਦ।
ਤੁਹਾਨੂੰ ਕੀ ਲੱਗਦਾ ਹੈ ਇਹ ਕਿੰਨਾ ਸਪੋਰਟ ਕੀਤਾ ਸਾਡੀ ਗਵਰਨਮੈਂਟ ਨੇ ਗਵਰਨਮੈਂਟ ਪੋਲੀਟੀਕਲ ਆਰਡਰਸ ਪਿੱਛੇ ਆਪਣੀ ਗਵਰਨਮੈਂਟ ਪਿੱਛੇ ਲੋਕਾਂ ਦੇ ਜ਼ਖਮਾਂ 'ਤੇ ਖੁਰੇਦੀ ਹੈ ਅਤੇ ਤੁਹਾਨੂੰ ਕੀ ਲੱਗਦਾ ਹੈ ਉਹਨਾਂ ਦਾ ਕਿੰਨਾ ਕਿੰਨਾ ਸਪੋਰਟ ਰਹਿੰਦਾ ਹੈ ਬਸ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਬਿਨਾਂ ਲਾਰਿਆਂ ਤੋਂ ਪੰਜਾਬ ਨੂੰ ਅਜੇ ਤੱਕ ਕੁਝ ਵੀ ਨਹੀਂ ਮਿਲਿਆ ਜੋ ਫਿਲਮਾਂ ਬਣਦੀਆਂ ਸਾਡੇ ਪੰਜਾਬ ਦੇ ਵਿੱਚ ਵੀ ਕਾਫੀ ਫਿਲਮਾਂ ਆਈਆਂ ਸਨ 84 'ਤੇ ਬਟ ਫਿਲਮਾਂ ਨੂੰ ਦੇਖ ਕੇ ਲੋਕਾਂ ਦੇ ਜਿਹੜੇ ਹਿਰਦੇ ਆ ਉਹ ਹੋਰ ਵਲੂੰਦਰੇ ਜਾਂਦੇ ਆ ਕਿਉਂਕਿ ਉਹਨਾਂ ਦੇ ਸਾਹਮਣੇ ਉਹੀ ਸਾਫ਼ ਝਲਕਦਾ ਕਿ ਜੋ ਸਾਡੇ ਨਾਲ ਹੋਇਆ ਇੱਦਾਂ ਇੱਦਾਂ ਹੋਇਆ ਉਹਦੇ ਨਾਲ ਕੋਈ ਸਾਨੂੰ ਕੋਈ ਹੁੰਗਾਰਾ ਨਹੀਂ ਮਿਲਦਾ ਨਾ ਕਿ ਉਹਦੇ ਨਾਲ ਸਾਡੇ ਜਿਹੜੇ ਦੁੱਖ ਹੈ ਜਾਂ ਸਾਡੇ ਮਤਲਬ ਜ਼ਖਮ ਹੈ ਉਹਨਾਂ 'ਤੇ ਲੂਣ ਹੀ ਪਾਇਆ ਜਾਂਦਾ ਵੈਸੇ ਤਾਂ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਜਿਹੜੀ ਹਿਸਟਰੀ ਹੈ ਉਹ ਦੱਸੀ ਜਾਵੇ ਪਰ ਜਿਨ੍ਹਾਂ ਦੇ ਨਾਲ ਬੀਤੀ ਹੈ ਜਾਂ ਜਿਹਨਾਂ ਨਾਲ ਹੋਇਆ ਉਹਨਾਂ ਨੂੰ ਪਤਾ ਕਿ ਮਤਲਬ ਕਿ ਇੰਨਾ ਧੱਕਾ ਸਾਡੇ ਨਾਲ ਹੋਇਆ ਸੀਗਾ ਅਤੇ ਇਹ ਤਾਂ ਮਤਲਬ ਕਿ ਜੋ ਸਰਕਾਰਾਂ ਸਮੇਂ ਸਮੇਂ 'ਤੇ ਬਲਦੀਆਂ ਰਹਿੰਦੀਆਂ ਪਰ ਇਹ ਪੰਜਾਬ ਨੂੰ ਸਿਰਫ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਦੇ ਰਹੇ ਸਾਡੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਬਹੁਤ ਵਾਰ ਇਹ ਮੁੱਦਾ ਚੁੱਕਿਆ ਬਟ ਉਹਨਾਂ ਨੂੰ ਵਾਰ ਵਾਰ ਇਹੀ ਕਿਹਾ ਜਾਂਦਾ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਮਤਲਬ ਕਿ ਜਸਟਿਸ ਹੈ ਲੋਕਾਂ ਨੂੰ ਮਿਲੂਗਾ ਪਰ ਅਜੇ ਤੱਕ ਕੋਈ ਉਮੀਦ ਨਹੀਂ ਹੋਈ ਅਤੇ ਨਾ ਹਜੇ ਮਿਲਣ ਦੀ ਸੰਭਾਵਨਾ ਹੀ ਹੈ 3 ਸਾਲ ਹੋ ਗਏ ਭਾਜਪਾ ਅਤੇ ਮੋਦੀ ਦੀ ਸਰਕਾਰ ਨੂੰ ਇਹਨਾਂ ਨੇ ਵਿਸ਼ਵਾਸ ਦਿਲਾਇਆ ਸਰ ਜਿਵੇਂ ਇਹਨਾਂ ਨੇ ਕਿਹਾ ਕਿ ਵਿਸ਼ਵਾਸ ਦਿਲਾਇਆ ਕਿ ਬਟ ਅੱਜ ਹਲੇ ਤੱਕ ਕੋਈ ਗੱਲ ਨਹੀਂ ਹਲੇ ਤੱਕ ਕੋਈ ਜਸਟਿਸ ਨਹੀਂ ਹਾਂ ਲਾਸਟ ਟਾਈਮ 1 ਮੰਥ ਹੋ ਗਿਆ ਪੰਜਾਬ ਗਏ ਸੀ ਰਾਜਨਾਥ ਸਿੰਘ ਜੀ ਉਹਨਾਂ ਨੇ ਜਿਸ ਮਤਲਬ ਕਿ ਵੇਦ ਨਾਲ ਲੋਕਾਂ ਨੇ ਉਹਨਾਂ ਨੂੰ ਦੇਖਿਆ ਸੀਗਾ ਜਿਹੜੀ ਸਿੱਖ ਕੌਮ ਆ ਉਹਨਾਂ ਨੇ ਇਹ ਸੋਚਿਆ ਸੀਗਾ ਕਿ ਜੋ ਪੰਜਾਬ ਨੂੰ ਹੈ ਉਹ 1984 ਦਾ ਜੋ ਉਹਨਾਂ ਨੇ ਲਾਸਟ ਟਾਈਮ ਦੇ ਵਿੱਚ 1.5 ਸਾਲ ਪਹਿਲਾਂ ਕਿਹਾ ਸੀਗਾ ਕਿ ਪੰਜਾਬ ਨੂੰ ਜਿਹੜਾ ਇਨਸਾਫ ਦਵਾਇਆ ਜਾਵੇਗਾ ਬਟ ਉਹਨਾਂ ਨੇ ਉਸ ਵਿਸ਼ੇ 'ਤੇ ਕੋਈ ਵੀ ਉੱਥੇ ਉਹਨਾਂ ਨੇ ਗੱਲ ਨਹੀਂ ਕੀਤੀ ਜਿਸ ਦੇ ਨਾਲ ਜਿਹੜੀ ਲੋਕਾਂ ਦੇ ਮਨਾਂ ਨੂੰ ਕਾਫੀ ਠੇਸ ਪਹੁੰਚੀ ਹੈ ਅਤੇ ਲੋਕਾਂ ਨੇ ਕਾਫੀ ਉਮੀਦ ਲਾਈ ਸੀਗੀ ਕਿ ਹੋ ਸਕਦਾ ਕੁਛ ਨਾ ਕੁਛ ਜਿਹੜੀ ਭਾਜਪਾ ਸਰਕਾਰ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਕਾਫੀ ਮਤਲਬ ਕਿ ਰਿਸਪੋਂਸ ਦਿੱਤਾ ਸੀ ਲੋਕਾਂ ਨੂੰ ਕਿ ਅਸੀਂ ਜਿਹੜਾ 84 ਦਾ ਇਨਸਾਫ ਲੋਕਾਂ ਨੂੰ ਦਵਾਵਾਂਗੇ ਪਰ ਨਹੀਂ ਹੋ ਸਕਿਆ 1984 ਅੱਜ ਦੀ ਪਨੀਰੀ ਵਾਸਤੇ ਕੀ ਸਿੱਖਿਆ ਦਿੰਦੀ ਹੈ ਸਨ 1984 ਅੱਜ ਦੀ ਪਨੀਰੀ ਨੂੰ ਇਹ ਸਿੱਖਿਆ ਦਿੰਦੀ ਹੈ ਕਿ ਸਾਡੀ ਸਿੱਖ ਕੌਮ ਸਦਾ ਬਹਾਦਰ ਸਦਾ ਨਿਡਰ ਰਹੀ ਸਦਾ ਗਰੀਬਾਂ ਦੀ ਹਮਦਰਦ ਰਹੀ ਮਜ਼ਲੂਮਾਂ ਦੀ ਪਹਿਰੇਦਾਰ ਰਹੀ ਪਰ ਵੱਟ ਕੇ ਸਿੱਖ ਕੌਮ 'ਤੇ ਜਦੋਂ ਵੀ ਮਾੜਾ ਟਾਈਮ ਆਇਆ ਸਿੱਖ ਕੌਮ ਨੇ ਹਟਾਇਆ ਪਰ ਸਿੱਖ ਕੌਮ ਦੇ ਬਦਲੇ ਸਾਨੂੰ ਇਨਸਾਫ ਨਹੀਂ ਮਿਲ ਰੱਖਿਆ ਸਿੱਖ ਕੌਮ ਨੂੰ ਜਿਸ ਦੀ ਬਦੌਲਤ ਸਾਡੀ ਨਵੀਂ ਪਨੀਰੀ ਨੂੰ ਇਹੀ ਆਸ ਹੈ ਕਿ ਹੋ ਸਕਦਾ ਸਾਡੀ ਜਿਹੜੀ ਸਿੱਖ ਕੌਮ ਹੈ ਇਹ ਆਲ ਵਰਲਡ ਦੇ ਵਿੱਚ ਸਾਡੀ ਕੌਮ ਜਿਹੜੀ ਫੈਲਣੀ ਚਾਹੀਦੀ ਹੈ ਸਾਡੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਦੇਸ਼ ਕੌਮ ਦੇ ਲਈ ਆਪਦੇ 4 ਬੱਚੇ ਸ਼ਹੀਦ ਕੀਤੇ ਸਾਡੀ ਨਵੀਂ ਪਨੀਰੀ ਇਹ ਚਾਹੁੰਦੀ ਹੈ ਕਿ ਅਸੀਂ ਸਦਾ ਸੁੱਚੀ ਸੱਚੀ ਸੇਵਾ ਕਰੀਏ ਪਰ ਜੋ ਸਾਡੇ ਜ਼ਖਮ ਹੈ ਉਹਨਾਂ ਨੂੰ ਭਰਨ 'ਤੇ ਹਜੇ ਟਾਈਮ ਲੱਗੂਗਾ ਇਹ ਸਾਡੀ ਨਵੀਂ ਪਨੀਰੀ ਨੂੰ ਇਹ ਬਹੁਤ ਉਮੀਦ ਹੈ ਕਿ ਸਾਨੂੰ ਇਨਸਾਫ ਮਿਲੂਗਾ ਤੁਹਾਡਾ ਕੀ ਕਹਿਣਾ ਹੈ ਸਰ ਕਿ ਅੱਜ ਦੀ ਪਨੀਰੀ ਨੂੰ ਕੀ ਸਿੱਖਿਆ ਮਿਲਦੀ ਹੈ ਅੱਜ ਦੀ ਪਨੀਰੀ ਨੂੰ ਭਾਜਪਾ ਸਾਹਿਬ ਨੇ ਦੱਸਿਆ ਕਿ ਜੋ ਅੱਜ ਦੀ ਜਿਹੜੀ ਨਵੀਂ ਪਨੀਰੀ ਹੈ ਕਾਫੀ ਜਾਗਰੂਕ ਹੋ ਚੁੱਕੀ ਹੈ ਕਿਉਂਕਿ ਸਮੇਂ ਸਮੇਂ 'ਤੇ ਬਦਲਾਅ ਸੰਭਾਵੀ ਹੈ ਅਤੇ ਕਾਫੀ ਬਦਲਾਅ ਆ ਚੁੱਕਿਆ ਹੈ ਕਿਉਂਕਿ ਅੱਜ ਕੱਲ੍ਹ ਜਿਹੜੀ ਅੱਜ ਦੀ ਜਨਰੇਸ਼ਨ ਹੈ ਕਾਫੀ ਪੜ੍ਹੀ ਲਿਖੀ ਹੈ ਉਹ ਕਾਫੀ ਸੂਝਵਾਨ ਹੈ ਅੱਗੇ ਨਾਲੋਂ ਕਾਫੀ ਲੋਕ ਮਤਲਬ ਕਿ ਇਹਨਾਂ ਗੱਲਾਂ ਤੋਂ ਦੂਰ ਹੋ ਚੁੱਕੇ ਹੈ ਕਿਉਂਕਿ ਜਿਹੜੇ ਜ਼ਖਮ ਹੈ ਉਹ ਤਾਂ ਕਦੇ ਵੀ ਪੂਰੇ ਨਹੀਂ ਹੋ ਸਕਦੇ ਜਿਹੜੇ ਜਿਨ੍ਹਾਂ ਦੇ ਮਤਲਬ ਕਿ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਦੇ ਪਰਿਵਾਰ ਸਾੜੇ ਗਏ ਜਿਨ੍ਹਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਗਏ ਉਹ ਵਾਪਸ ਤਾਂ ਨਹੀਂ ਆ ਸਕਦੇ ਬਟ ਉਹ ਇਹ ਸੋਚਦੇ ਕਿ ਨੈਕਸਟ ਟਾਈਮ ਦੇ ਵਿੱਚ ਇਦਾਂ ਦਾ ਕਦੇ ਵੀ ਸਾਡੇ ਨਾਲ ਜਿਹੜਾ ਪਹਿਲਾਂ ਹੋਇਆ ਸੀਗਾ ਹਾਦਸਾ ਉਹ ਕਦੇ ਵੀ ਨਾ ਵਾਪਰੇ ਉਸ ਤੋਂ ਗੱਲਾਂ ਤੋਂ ਪ੍ਰੇਰਿਤ ਹੋ ਕੇ ਬਸ ਸਮੁੱਚੀ ਸਿੱਖ ਕੌਮ ਜਿਹੜੀ ਸਤਿਗੁਰੂ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਦਸੇ ਮਾਰਗ 'ਤੇ ਚੱਲ ਰਹੇ ਹੈ ਅਤੇ ਆਪਣੀ ਜਿਹੜੀ ਸੱਚੀ ਸੁੱਚੀ ਕਮਾਈ ਕਰਕੇ ਆਪਣੀ ਜਿਹੜਾ ਗੁਜ਼ਾਰਾ ਉਹ ਚਲਾ ਰਹੇ ਹੈ ਪਰ ਉਮੀਦ ਇਹੀ ਸੀਗੀ ਸਾਰੇ ਹੀ ਪੰਜਾਬ ਵਾਸੀਆਂ ਨੂੰ ਅਤੇ ਦਿੱਲੀ ਵਾਸੀਆਂ ਨੂੰ ਕਿ ਸਾਨੂੰ ਇਨਸਾਫ ਮਿਲੂਗਾ ਪਰ ਅਸੀਂ ਵੀ ਇਸ ਗੱਲ ਤੋਂ ਬਹੁਤ ਸਮਝਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੀ ਬਟ ਉਮੀਦ ਨਹੀਂ ਆ ਫਿਰ ਵੀ ਕੋਈ ਮੈਂ ਵਾਰ ਵਾਰ ਉਹੀ ਗੱਲ ਕਹਿ ਰਿਹਾ ਕਿ ਉਮੀਦ ਨਹੀਂ ਹੈ ਅਸੀਂ ਮੌਜੂਦ ਹਾਂ ਇੱਕ ਹੋਰ ਸੰਗਤ ਨਾਲ ਮੈਂ ਤੁਹਾਡਾ ਨਾਮ ਪੁੱਛਣਾ ਚਾਹਾਂਗੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਜਦ ਅਸੀਂ 1984 ਬਾਰੇ ਯਾਦ ਕਰਦੇ ਹਾਂ ਤਾਂ ਸਾਡੀ ਰੂਹ ਕੰਬ ਜਾਂਦੀ ਹੈ ਤੁਹਾਨੂੰ ਕੀ ਯਾਦ ਆਉਂਦਾ ਹੈ ਉਸ ਸਮੇਂ ਦੀ ਯਾਦ ਕਰਕੇ ਉਸ ਟਾਈਮ ਦੇ ਵਿੱਚ ਜੋ ਸਾਡੇ ਨਾਲ ਹੋਇਆ ਐਕਚੁਲੀ ਜਿਵੇਂ ਬੱਚਿਆਂ ਦਾ ਕਤਲੇਆਮ ਹੋਰ ਸੰਗਤ ਦੇ ਨਾਲ ਕਿੰਨਾ ਕੁਛ ਹੋਇਆ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਉਹਨਾਂ ਦੇ ਨਾਲ ਕਿੰਨੀ ਬੇਇਨਸਾਫੀ ਅੱਜ ਦੇ ਟਾਈਮ ਦੇ ਵਿੱਚ ਵੀ ਉਹਨਾਂ ਨੂੰ ਕਿਹਾ ਜਾਂਦਾ ਵੀ ਆਤੰਕਵਾਦੀ ਅੱਤਵਾਦ ਫੈਲਾਇਆ ਹੋ ਰਿਹਾ ਪਰ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਕਿੰਨੀ ਸੰਗਤ ਦਾ ਭਲਾ ਕੀਤਾ ਜੋ ਕਿ ਨਾ ਭੁੱਲਣ ਯੋਗ ਹੈਗੀਆਂ ਨੇਗੀਆਂ ਜੋ ਕਿ ਸਾਡੇ ਸਿੱਖਪਨ ਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਜੋ ਕਿ ਅਣਗਿਣਤ ਹੈ ਜਿਨ੍ਹਾਂ ਨੂੰ ਅਜੇ ਤੱਕ ਇਤਿਹਾਸ ਦੇ ਵਿੱਚ ਨਹੀਂ ਲਿਖਿਆ ਗਿਆ
ਤੇ ਉਹ ਹਜੇ ਤੱਕ ਸਾਨੂੰ ਨਹੀਂ ਪਤਾ ਹੈਗੀਆਂ ਵੀ ਕਿੰਨੀਆਂ ਕੁਰਬਾਨੀਆਂ, ਕਈ ਸ਼ਹੀਦਾਂ ਦੇ ਨਾਮ ਨਹੀਂ ਸਾਨੂੰ ਪਤਾ ਹੈਗੇ, ਕਈ ਬੱਚੇ ਸ਼ਹੀਦ ਹੋਏ, ਹੋਰ ਸਿੰਘ ਸ਼ਹੀਦ ਹੋਏ, ਜਿਨ੍ਹਾਂ ਦੇ ਬਾਰੇ ਅਜੇ ਤੱਕ ਕੁਛ ਵੀ ਇਤਿਹਾਸ ਦੇ ਵਿੱਚ ਨਹੀਂ ਪਤਾ ਚੱਲਿਆ। ਸੋ ਅਸੀਂ ਉਹ ਸਮੇਂ ਨੂੰ, ਉਸ ਚੀਜ਼ ਨੂੰ ਨਹੀਂ ਭੁੱਲ ਸਕਦੇ ਹੈਗੇ, ਅਤੇ ਮਹਾਰਾਜ ਦੀ ਬੜੀ ਕਿਰਪਾ ਵੀ ਸਾਨੂੰ ਗੁਰਸਿੱਖੀ ਜੀਵਨ ਹੈ ਨਾ ਮਿਲਿਆ ਉਹਦੇ ਵਿੱਚ, ਅਤੇ ਪਰ ਉਹ ਇੱਕ ਭੁੱਲਣਯੋਗ ਹੈ। ਹਜੇ ਤੱਕ ਵੀ ਸਰਕਾਰਾਂ ਦੇ ਵਿੱਚ ਵੀ ਇੱਦਾਂ ਦਾ ਕੁਛ ਬਹੁਤ ਹੋ ਰਿਹਾ ਹੈਗਾ, ਨਾ ਕੋਈ ਸਰਕਾਰਾਂ ਵੱਲੋਂ ਕੋਈ ਇੱਦਾਂ ਦਾ ਐਕਸ਼ਨ ਲਿੱਤਾ ਗਿਆ ਨਾ, ਨਾ ਕੋਈ ਕਿਸੇ ਨੇ ਹੈਲਪ ਕਿਸੇ ਤਰ੍ਹਾਂ ਦੀ ਕਰੀ। ਅੱਜ ਵੀ ਉਹ ਚੀਜ਼ਾਂ ਐਵੇਂ ਤੜਫੀਆਂ, ਸਿੱਖੀ ਜੋ ਸਾਡਾ ਹੈ ਸੋਮਾ, ਸਾਨੂੰ ਮਹਾਰਾਜ ਨੇ ਜੋ ਗੁਣ ਬਖਸ਼ੇ, ਜੋ ਚੀਜ਼ਾਂ ਸਾਨੂੰ ਬਖਸ਼ੀਆਂ, ਉਹਨਾਂ ਦਾ ਅਸੀਂ ਅਜੇ ਵੀ ਦੇਣ ਨਹੀਂ ਦੇ ਸਕਦੇ ਹੈਗੇ, ਅਤੇ ਕਾਫ਼ੀ ਅਸੀਂ ਅਜੇ ਵੀ ਪਿਛੜੇ ਹੋਏ ਹਾਂ। ਯਾਨੀ ਕਿ ਪ੍ਰਚਾਰ ਵੀ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਇਸ ਚੀਜ਼ ਦਾ, ਸਿੱਖੀ ਦੇ ਉੱਤੇ ਕਾਫ਼ੀ ਪ੍ਰਚਾਰ ਹੈ, ਅਤੇ ਪ੍ਰਚਾਰ ਦੇ ਉੱਤੇ ਬਟ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਵੀ ਉਸ ਅਸੀਂ ਗੁਰੂ ਦੇ ਜਿਹੜੇ ਪੂਰਨੇ ਪਾਏ ਹੋਏ ਨੇ ਉਹਨਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ। ਬਾਕੀ ਜਿੰਨੇ ਸਾਡੇ ਸਿੰਘਾਂ ਨੇ, ਸ਼ਹੀਦਾਂ ਨੇ ਜੋ ਕੁਰਬਾਨੀਆਂ ਕੀਤੀਆਂ ਸੀ, ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰੀਏ, ਹੈ ਨਾ, ਅਤੇ ਜਿੰਨਾ ਮਹਾਰਾਜ ਨੇ ਸਾਨੂੰ ਯਾਨੀ ਕਿ ਸਮੱਤ ਬਖਸ਼ੀ ਹੈ ਉਸ ਦੇ ਮੁਤਾਬਕ ਅਸੀਂ ਚੱਲਣ ਦੀ ਕੋਸ਼ਿਸ਼ ਕਰੀਏ। ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਨੌਜਵਾਨ ਜੋ ਪੀੜ੍ਹੀ ਹੈ, ਉਹ ਅੱਜ ਕੱਲ੍ਹ ਦਾ ਆਪਾਂ ਮਾਹੌਲ ਦੇਖ ਰਹੇ ਜਿੱਦਾਂ ਕਿ ਪੰਜਾਬ ਦਾ, ਉਹ ਪੀੜ੍ਹੀ ਅੱਜ ਨਸ਼ਿਆਂ ਦੇ ਵੱਲ ਜ਼ਿਆਦਾ ਵੱਧਦੀ ਜਾ ਰਹੀ ਹੈ। ਪੰਜਾਬ ਦੇ ਵਿੱਚ ਨਸ਼ੇ ਬਹੁਤ ਜ਼ਿਆਦਾ ਹੋ ਗਏ ਆ, ਨੌਜਵਾਨ ਜਾ ਰਹੇ, ਜਿਹੜੇ ਜਾ ਰਹੇ ਨਸ਼ਿਆਂ ਦੇ ਵੱਲ ਤੁਰਦੇ ਜਾ ਰਹੇ ਨੇ ਅੱਜ ਕੱਲ੍ਹ, ਅਤੇ ਉਹਦੇ ਵਿੱਚ ਵੀ ਇੱਕ ਸਾਨੂੰ ਚਾਹੀਦਾ ਕਿ ਸਾਰੀ ਪਬਲਿਕ, ਸਾਰੀ ਸਾਧ ਸੰਗਤ ਇਹਦੇ ਵਿੱਚ ਜੁੜੇ ਹਨ, ਨਸ਼ਿਆਂ ਦੇ ਲਈ ਵੀ ਕੁਛ ਕੀਤਾ ਜਾਵੇ, ਅਤੇ ਨਾਲ ਉਹਨਾਂ ਦੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਵੇ, ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਹੋਈਆਂ, ਕਿੰਨੀਆਂ ਕੁਰਬਾਨੀਆਂ, ਜੋ ਕਿ ਅੱਜ ਕੱਲ੍ਹ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਵੀ ਕੀ ਕੁਰਬਾਨੀਆਂ ਨੇ, ਕੀ ਸ਼ਹੀਦੀਆਂ ਹੋਈਆਂ ਨੇਗੀਆਂ, ਕਿੱਦਾਂ ਕੁਛ ਹੋਇਆ। ਸਾਡੇ ਇਤਿਹਾਸ ਦੇ ਬਾਰੇ ਹਜੇ ਤੱਕ ਵੀ ਲੋਕਾਂ ਨੂੰ ਨਹੀਂ ਜਾਣਕਾਰੀ ਹੈਗੀ, ਅਤੇ ਉਹਦੇ ਵਿੱਚ ਪ੍ਰਚਾਰ ਹੈ, ਪਰ ਕਿਤੇ ਨਾ ਕਿਤੇ ਫਿਰ ਵੀ ਪ੍ਰਚਾਰ ਦੇ ਵਿੱਚ ਹਜੇ ਵੀ ਕਮੀ ਹੈ। ਉਹ ਕਮੀ ਇਹੀ ਹੈ ਵੀ ਸਾਡੀ ਸੰਗਤ ਵੱਲੋਂ ਕਮੀ ਹੈ ਕਿ ਵੀ ਅਸੀਂ ਉਹਨਾਂ ਦੇ ਮਹਾਰਾਜ ਨੂੰ ਮੰਨਦੇ ਤਾਂ ਹੈ, ਪਰ ਉਹਨਾਂ ਦੇ ਉੱਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕੋਸ਼ਿਸ਼ ਕਰਕੇ ਯਾਨੀ ਕਿ ਪੂਰ ਨਹੀਂ ਉਤਰਿਆ ਜਾਂਦਾ ਉਹਦੇ ਉੱਤੇ। ਅਤੇ ਸਾਨੂੰ ਇਹ ਚਾਹੀਦਾ ਵੀ ਨੌਜਵਾਨਾਂ ਨੂੰ ਜੁੜਨਾ ਚਾਹੀਦਾ, ਕੋਈ ਵੀ ਸੰਸਥਾਵਾਂ ਬਣੀਆਂ ਹੋਈਆਂ ਨੇ ਅੱਜ ਕੱਲ੍ਹ, ਸੰਸਥਾਵਾਂ ਨੂੰ ਚਾਹੀਦਾ ਕਿ ਬੱਚਿਆਂ ਨੂੰ ਥੋੜ੍ਹਾ ਜਿਹਾ ਪ੍ਰੇਰਿਤ ਕੀਤਾ ਜਾਵੇ ਇਹਦੇ ਬਾਰੇ, ਹੋਰ ਸ਼ਲਾਘਾਯੋਗ ਕਦਮ ਚੁੱਕੇ ਜਾਣ ਜਿਹਦੇ ਕਰਕੇ ਸਾਡੇ ਨੌਜਵਾਨਾਂ ਨੂੰ ਇਸ ਦੇ ਬਾਰੇ ਸੇਧ ਮਿਲੇ, ਪਤਾ ਚੱਲੇ ਵੀ ਗੁਰਸਿੱਖੀ ਦੇ ਵਿੱਚ ਕੀ ਹੋਇਆ। 1984 ਦੇ ਵਿੱਚ ਆਪਾਂ ਯਾਦ ਕਰੀਏ ਸਾਰੀਆਂ ਕੁਰਬਾਨੀਆਂ ਦੇ ਵਿੱਚ, ਹਰਿਮੰਦਰ ਸਾਹਿਬ 'ਤੇ ਕਿੱਦਾਂ ਦੇ ਅਟੈਕ ਹੋਏ, ਕਿੱਦਾਂ ਕੁਛ ਹੋਇਆ, ਸਾਰਾ ਕੁਛ ਉਹ ਚੀਜ਼ਾਂ ਸਾਨੂੰ ਯਾਦ ਕਰਨੀਆਂ ਚਾਹੀਦੀਆਂ ਨੇਗੀਆਂ। ਪਰ ਮੈਂ ਕਹਿੰਦਾ ਵੀ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਜ਼ਰੂਰਤ ਹੈ ਇਸ ਚੀਜ਼ ਦੀ, ਤੋ ਬੱਚਿਆਂ ਨੂੰ ਇਸ ਦੇ ਬਾਰੇ ਥੋੜ੍ਹਾ ਜਿਹਾ ਜਾਗਰੂਕ ਕੀਤਾ ਜਾਵੇ। ਕੁਛ ਇੱਦਾਂ ਦੀਆਂ ਹੁਣ ਅੱਜ ਕੱਲ੍ਹ ਵੈਸੇ ਜਿੱਦਾਂ ਕਿ ਚਾਰ ਸਾਹਿਬਜ਼ਾਦੇ ਆਪਣੀ ਮੂਵੀ ਆਈ, ਉੱਦਾਂ ਦੇ ਕੁਛ ਇੱਦਾਂ ਦੇ ਹੋਰ ਪ੍ਰੋਜੈਕਟ ਲੈ ਕੇ ਆਏ ਜਾਣ, ਅਤੇ ਕੁਛ ਸੰਗਤਾਂ ਦੇ ਵਿੱਚ ਨਾਲ ਵਧੀਆ ਸਹਿਯੋਗ ਕਰਨ, ਤਾਂ ਕਿ ਬੱਚਿਆਂ ਨੂੰ ਇਸ ਦੇ ਵੱਲ ਪ੍ਰੇਰਿਤ ਕੀਤਾ ਜਾਵੇ, ਅਤੇ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇ, ਦੱਸਿਆ ਜਾਵੇ ਇਤਿਹਾਸ ਦੇ ਬਾਰੇ। ਅਤੇ ਬਸ ਮੈਂ ਇੰਨਾ ਹੀ ਥੋੜ੍ਹਾ ਜਿਹਾ। ਤੁਹਾਨੂੰ ਕੀ ਲੱਗਦਾ ਕਿ ਇਹ 1984 ਦੇ ਜੋ ਜਿੰਨਾ ਸਿੱਖ ਕਤਲੇਆਮ ਹੋਇਆ ਦਿੱਲੀ ਦੇ ਵਿੱਚ, ਇਹਦਾ ਮੇਨ ਰੀਜ਼ਨ ਕੀ ਸੀ? ਇਹਨਾਂ ਦਾ ਮੇਨ ਰੀਜ਼ਨ ਤਾਂ ਮੈਮ ਇੱਕ ਆਪਾਂ ਸਿਆਸਤੀ ਆਪਾਂ ਕਰ ਸਕਦੇ ਹਾਂ ਵੀ ਜਿਵੇਂ ਸਿਆਸਤੀ ਲੋਕਾਂ ਦਾ ਥੋੜ੍ਹਾ ਜਿਹਾ ਪ੍ਰਚਾਰ ਸੀ ਜਿਹਨਾਂ ਉਹਨਾਂ ਨੇ ਕਰਿਆ ਨਾ, ਅਟੈਕ ਕਰਵਾਏ ਪੋਲੀਟੀਕਲ ਲੋਕਾਂ ਦਾ ਨਾ ਸਾਰਾ, ਬਟ ਉਹਦੇ ਵਿੱਚ ਪੋਲੀਟੀਕਲ ਲੋਕਾਂ ਦੇ ਵਿੱਚ ਇਹੀ ਹੁੰਦਾ ਵੀ ਆਮ ਜਨਤਾ ਮਾਰੀ ਜਾਂਦੀ ਹੈ ਨਾ, ਉਹਨਾਂ ਦਾ ਇੱਕ ਇਹੀ ਸੀਗਾ ਨਿਬੰਧ, ਪੋਲੀਟੀਕਲ ਲੋਕਾਂ ਨੇ ਸਾਰੀ ਸਾਜਿਸ਼ ਰਚੀ ਜਿਹਦੇ ਨਾਲ ਅਟੈਕ ਹੋਇਆ, ਇੰਨੀ ਸਾਨੂੰ ਕੁਰਬਾਨੀਆਂ ਦਾ ਯਾਨੀ ਕਿ ਸਾਹਮਣਾ ਕਰਨਾ ਪਿਆ। ਬੜੀ ਮੂਵੀਜ਼ ਵੀ ਆਈਆਂ, ਨੋਵਲਸ ਵੀ ਆਈਆਂ, ਹਰ ਇੱਕ ਸੈਕਸ਼ਨ ਜੋ ਸੋਸਾਇਟੀ ਦਾ ਸੈਕਸ਼ਨ ਹੈ, ਚਾਹੇ ਉਹ ਸਿੱਖ ਹੋਵੇ ਜਾਂ ਮੁਸਲਿਮ ਹੋਵੇ ਜਾਂ ਬੰਗਾਲੀ ਹੋਵੇ, ਉਹ ਅੱਗੇ ਆਇਆ, ਉਹਨੇ ਮੂਵੀਜ਼ ਬਣਾਈ, ਉਸਦੇ ਸੋਸ਼ਲ ਚੀਜ਼ ਜੋ ਵਿਕਟਿਮਸ ਨਾਲ ਹੋਇਆ, ਜਿਨ੍ਹਾਂ ਨੇ ਇਹ ਸਭ ਫੀਲ ਕੀਤਾ, ਫੇਸ ਕੀਤਾ, ਉਹਨਾਂ ਨੇ ਦਰਸਾਇਆ, ਨੋਵਲਸ ਵਿੱਚ ਇਤਿਹਾਸ ਵੀ ਲਿਖਿਆ ਗਿਆ। ਪਰ ਇਹਨਾਂ ਸਾਰੇ ਉਪਰਾਲਿਆਂ ਦੇ ਬਾਅਦ ਵੀ ਕਿਸੇ ਨਾਲ ਕੁਛ ਕੋਈ ਸਟੈਪ ਨਹੀਂ ਲਿੱਤਾ ਗਿਆ, ਕਿਸੇ ਨੂੰ ਜਸਟਿਸ ਨਹੀਂ ਦਿੱਤੀ ਗਈ, ਤਾਂ ਤੁਸੀਂ ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ? ਮੈਂ ਉਹੀ ਗੱਲ ਕਰ ਰਿਹਾ ਸੀਗਾ ਕਿ ਆਪਣੇ ਹਜੇ ਵੀ ਫਿਰ ਵੀ ਜਾਗਰੂਕਤਾ ਦੀ ਕਮੀ ਹੈ ਉਸਦੇ ਵਿੱਚ, ਕਿਉਂਕਿ ਅੱਜ ਕੱਲ੍ਹ ਦੇ ਕੁਛ ਇੱਦਾਂ ਦੇ ਕਲਚਰਲ ਦੇ ਵਿੱਚ ਆਪਣੇ ਕੁਛ ਇੱਦਾਂ ਦੇ ਗੀਤ ਲਗਾ ਲਓ, ਕੁਛ ਇੱਦਾਂ ਦੀਆਂ ਹੋਰ ਮੂਵੀਜ਼ ਲਗਾ ਲਓ ਜਿਨ੍ਹਾਂ ਦੇ ਉੱਤੇ ਨੌਜਵਾਨ ਪੀੜ੍ਹੀ ਦੇ ਉੱਤੇ ਬਹੁਤ ਜ਼ਿਆਦਾ ਇਸਦਾ ਅਸਰ ਪੈ ਰਿਹਾ, ਪ੍ਰਭਾਵ ਪੈ ਰਿਹਾ ਹੈਗਾ, ਅਤੇ ਨੌਜਵਾਨ ਪੀੜ੍ਹੀ ਨੂੰ ਹੀ ਸਾਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਨੌਜਵਾਨ ਪੀੜ੍ਹੀ ਜਿੰਨਾ ਸਾਡੇ ਨਾਲ ਜੁੜੇਗੀ ਉਹਨਾਂ ਨੂੰ ਜਾਗਰੂਕ ਕੀਤਾ ਜਾਏਗਾ। ਅੱਜ ਕੱਲ੍ਹ ਦੇ ਹੁਣ ਮੇਰੇ ਖਿਆਲ ਦੇ ਵਿੱਚ ਜੋ ਛੋਟੇ ਬੱਚੇ ਨੇਗੇ ਉਹਨਾਂ ਨੂੰ ਅੱਜ ਆਪਣੇ 10 ਗੁਰੂ ਸਾਹਿਬਾਨਾਂ ਦੇ ਨਾਮ ਤੱਕ ਨਹੀਂ ਪਤਾ ਹੋਏਗੇ, ਅਤੇ ਉਹਨਾਂ ਨੂੰ ਇਹ ਪਤਾ ਵੀ ਗੁਰਬਾਣੀ ਕਿੱਥੇ ਹੈ, ਕੀ ਕਿਸ ਟਾਈਪ ਦਾ ਆਪਣੇ ਕਰਨਾ ਹੈਗਾ,
ਅਤੇ ਉਸਦੇ ਬਾਰੇ ਆਪਾਂ ਨੂੰ ਬਹੁਤ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਕਿ ਨੌਜਵਾਨ ਪੀੜ੍ਹੀ ਨੂੰ ਪਹਿਲਾਂ ਇਸ ਦੇ ਨਾਲ ਜੋੜਿਆ ਜਾਵੇ, ਜਾਗਰੂਕ ਕਰਾਇਆ ਜਾਵੇ, ਉਹਨਾਂ ਨੂੰ ਪ੍ਰੋਪਰ ਇਤਿਹਾਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜੋ ਗੁਰਸਿੱਖੀ ਸਾਨੂੰ ਮਿਲੀ ਹੈ ਅਸੀਂ ਉਹਨੂੰ ਸੰਭਾਲਣ ਜੋਗੇ ਹੋਈਏ। ਐਜ਼ ਅ ਹਿਊਮਨ ਤੁਹਾਨੂੰ ਕੀ ਲੱਗਦਾ ਹੈ, ਇਹ ਸਭ ਸਹੀ ਸੀ, ਪੋਲੀਟੀਕਲ ਡਿਸਟਰਬੈਂਸ ਦੀ ਵਜ੍ਹਾ ਤੋਂ ਹਿਊਮਨ ਲੋਸ ਹੋਇਆ, ਐਜ਼ ਅ ਹਿਊਮਨ ਤੁਹਾਡੇ ਕੀ ਵਿਊਜ਼ ਨੇ? ਐਜ਼ ਏ ਹਿਊਮਨ ਤਾਂ ਜਿੱਦਾਂ ਕਿ ਮਹਾਰਾਜ ਨੇ ਉਹਨੂੰ ਕਿਹਾ ਮਾਨਸ ਕੀ ਜਾਤ ਸੱਭੇ ਕੇ ਪਹਿਚਾਣੋ, ਅਤੇ ਪਹਿਲਾਂ ਤਾਂ ਮਹਾਰਾਜ ਨੇ ਮਾਨਸ ਨੂੰ ਆਪਾਂ ਨੇ ਕਿਹਾ ਵੀ ਇੱਕ ਪਹਿਲਾਂ ਤਾਂ ਬੰਦੇ ਨੂੰ ਇਨਸਾਨ ਬਣਨਾ ਚਾਹੀਦਾ, ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਚੰਗੇ ਇਨਸਾਨ ਬਣ ਸਕਦੇ ਹਾਂ, ਉਸ ਤੋਂ ਬਾਅਦ ਧਰਮ ਤੋਂ ਬਾਅਦ ਦੇ ਵਿੱਚ ਹੈ, ਕਿਉਂਕਿ ਮਹਾਰਾਜ ਨੇ ਵੀ ਪਹਿਲਾਂ ਪੰਜ ਪਿਆਰਿਆਂ ਦੀ ਸਾਧਨਾ ਕੀਤੀ, ਉਸ ਦੇ ਵਿੱਚ ਵੀ ਮਹਾਰਾਜ ਨੇ ਪਹਿਲਾਂ ਦਇਆ ਸਿੰਘ ਨੂੰ ਲੈ ਕੇ ਆਏ, ਅਤੇ ਉਹਨਾਂ ਦੇ ਵਿੱਚ ਵੀ ਪਹਿਲਾਂ ਮਹਾਰਾਜ ਨੇ ਕਿਹਾ ਸੀ ਵੀ ਸਾਡੇ ਪੰਨ ਦੇ ਵਿੱਚ ਸਭ ਤੋਂ ਪਹਿਲਾਂ ਦਇਆ ਆਉਣੀ ਚਾਹੀਦੀ ਹੈ, ਜੇ ਇਨਸਾਨ ਦੇ ਮਨ ਦੇ ਵਿੱਚ ਦਇਆ ਨਹੀਂ ਹੈਗੀ ਤਾਂ ਉਹ ਮੇਰੇ ਖਿਆਲ ਦੇ ਵਿੱਚ ਇਨਸਾਨ ਨਹੀਂ ਹੈਗਾ, ਸਾਡੇ ਪਹਿਲਾਂ ਸਾਰੇ ਦੇ ਮਨਾਂ ਦੇ ਵਿੱਚ ਦਇਆ ਹੋਣੀ ਚਾਹੀਦੀ ਹੈਗੀ, ਦਇਆ ਦੇ ਨਾਲ ਹੀ ਇੱਕ ਇਨਸਾਨ ਬਣਦਾ, ਦਇਆ ਜਦ ਤੁਹਾਡੇ ਵਿੱਚ ਆ ਜਾਂਦੀ ਹੈ ਫਿਰ ਤੁਸੀਂ ਇੱਕ ਧਾਰਮਿਕ ਇਨਸਾਨ ਬਣ ਸਕਦੇ ਹੋ, ਤਾਂ ਹੀ ਫਿਰ ਮਹਾਰਾਜ ਨੇ ਉਸ ਤੋਂ ਬਾਅਦ ਦੂਸਰੇ ਪਿਆਰਿਆਂ ਨੂੰ ਸਾਜਿਆ ਧਰਮ ਸਿੰਘ ਨੂੰ ਲੈ ਕੇ ਆਏ ਵਿੱਚ, ਤਾਂ ਕਿ ਉਸ ਤੋਂ ਬਾਅਦ ਪਹਿਲਾਂ ਇਨਸਾਨ ਦੇ ਮਨ 'ਚ ਦਇਆ ਫਿਰ ਉਸ ਤੋਂ ਬਾਅਦ ਧਰਮ ਹੈਗਾ, ਆਪਾਂ ਕੋਈ ਵੀ ਧਰਮ ਹੈ ਪਹਿਲਾਂ ਦਇਆ ਦੇ ਨਾਲ ਹੀ ਬਣਦੇ ਆ, ਪਹਿਲਾਂ ਇਨਸਾਨ ਨੂੰ ਪਹਿਲਾਂ ਬਣਨਾ ਚਾਹੀਦਾ ਕਿ ਇੱਕ ਧਾਰਮਿਕ ਬੰਦਾ ਬਣੇ, ਉਹਦਾ ਧਰਮ ਹੋਵੇ, ਉਹਦੇ ਮਨ ਦੇ ਵਿੱਚ ਦਇਆ ਹੋਊਗੀ, ਜਿਸ ਮਨ ਦੇ ਇਨਸਾਨ ਦੇ ਮਨ ਦੇ ਵਿੱਚ ਜਾਨੀ ਕਿ ਦਇਆ, ਉਹੀ ਬੰਦਾ ਧਾਰਮਿਕ ਬਣ ਸਕਦਾ, ਉਹੀ ਮਨੁੱਖਤਾ ਹੈ, ਉਹੀ ਮਾਨਸਿਕ। ਸਾਡੇ ਨਾਲ ਸੰਗਤ ਹੈ, ਕੀ ਨਾਂ ਹੈ ਤੁਹਾਡਾ? ਮੇਰਾ ਹਰਸ਼ ਸਿੰਘ ਹੈ ਜੀ ਨਾਮ, ਮੈਂ ਦਿੱਲੀ 'ਚ ਹੀ ਰਹਿਣਾ ਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, 1984 ਦਿੱਲੀ ਦੀ ਸਿੱਖ ਹਿਸਟਰੀ ਦੇ ਵਿੱਚ ਇੱਕ ਕਾਲਾ ਦਾਗ ਮੰਨਿਆ ਜਾਂਦਾ ਹੈ, ਇਸ ਨੂੰ ਯਾਦ ਕਰਕੇ ਅੱਜ ਵੀ ਰੂਹ ਕੰਬ ਜਾਂਦੀ ਹੈ, ਇੰਨਾ ਕੁਛ ਹੋਇਆ, ਫੈਮਿਲੀਜ਼ ਨੇ ਆਪਣੇ ਬੱਚੇ ਖੋਏ, ਬੱਚਿਆਂ ਨੇ ਆਪਣੀ ਫੈਮਿਲੀ ਖੋਈ, ਬੜਾ ਕੁਛ ਹੋਇਆ ਜਿਨ੍ਹਾਂ ਨੂੰ ਅਸੀਂ ਡਿਸਕ੍ਰਾਈਬ ਵੀ ਨਹੀਂ ਕਰ ਸਕਦੇ ਹਾਂ। ਤੁਹਾਨੂੰ ਕੀ ਲੱਗਦਾ ਹੈ, 33 ਸਾਲ ਬੀਤ ਚੁੱਕੇ ਨੇ, ਉਹ ਘਾਵ ਭਰ ਚੁੱਕੇ ਨੇ, ਉਹਨਾਂ ਨੂੰ ਜਸਟਿਸ ਮਿਲ ਚੁੱਕੀ ਹੈ? ਮੈਂ ਬੜਾ ਹੀ ਹੈਰਾਨ ਹਾਂ ਇਸ ਗੱਲ, ਇਹ ਕੁਸ਼ਚਨ ਅੱਜ ਤੱਕ ਇਸ ਕੁਸ਼ਚਨ ਦਾ ਆਨਸਰ ਨਾ ਸਾਡੇ ਕੋਲ ਹੈ, ਨਾ ਸਾਡੇ ਜਿਹੜੇ ਆਗੂ ਨੇ ਪੰਥ ਦੇ, ਨਾ ਉਹਨਾਂ ਕੋਲ ਹੈ, ਨਾ ਦਿੱਲੀ ਦੀ ਸੰਗਤ ਕੋਲ ਹੈ, ਨਾ ਉਸ ਸੰਗਤ ਕੋਲ ਹੈ ਜਿਸ ਸੰਗਤ ਦੇ ਨਾਲ, ਜਿਸ ਪਰਿਵਾਰ ਦੇ ਨਾਲ ਵਾਪਰਾ ਜਿਹੜਾ ਬੀਤਿਆ ਉਹਨਾਂ ਨਾਲ, ਉਹਨਾਂ ਕੋਲ ਵੀ ਇਸ ਚੀਜ਼ ਦਾ ਆਨਸਰ ਹਜੇ ਤੱਕ ਨਹੀਂ ਹੈ, ਕਿ ਹਜੇ ਤੱਕ ਅਸੀਂ ਸਾਨੂੰ ਕਿਸੇ ਚੀਜ਼ 'ਤੇ ਨਾ ਕੋਈ ਵੀ, ਮੈਨੂੰ ਹੁਣ ਲੱਗਦਾ ਕਿ ਇਹ ਸਿਰਫ ਇੱਕ ਰਾਜਨੀਤਿਕ ਪਾਰਟੀਆਂ ਵਾਸਤੇ ਇੱਕ ਮੁੱਦਾ ਰਹਿ ਗਿਆ ਹੈ, ਜਦ ਵੀ 1984 ਦੀ ਡੇਟਾਂ ਉਹ ਲਾਗੇ ਆਉਂਦੀਆਂ ਨੇ, ਉਹ ਆਪਣੀ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਆਪਣੀ ਇਸ ਮੁੱਦਿਆਂ ਨੂੰ ਜਾਣ ਬੁੱਝ ਕੇ ਚੁੱਕਦੀਆਂ ਨੇ ਤਾਂ ਕਰਕੇ ਸਿੱਖਾਂ ਦੀ ਸਹਾਨੁਭੂਤੀ ਕੁਛ ਲੈ ਸਕਣ। ਉਹ ਪ੍ਰੈਕਟੀਕਲੀ ਇਹਦੇ 'ਤੇ ਅੱਜ ਤੱਕ ਕਿਸੇ ਨੇ ਨਾ ਕੁਛ ਵੀ ਇਹਦੇ 'ਤੇ ਪ੍ਰੈਕਟੀਕਲੀ ਕੁਛ ਨਹੀਂ ਹੋਇਆ ਅੱਜ ਤੱਕ। ਸਿੱਖ ਸੰਗਤ ਦੀ ਘਾਉ ਨੂੰ ਖੁਰੇਦਿਆ ਜਾਂਦਾ ਹੈ, ਉਹਨਾਂ ਦੀ ਸਹਾਨੁਭੂਤੀ ਲਈ ਜਾਂਦੀ ਹੈ ਆਪਣੀ ਪੋਲੀਟੀਕਲ ਬੈਨੀਫਿਟਸ ਪਿੱਛੇ, ਤੁਹਾਨੂੰ ਕੀ ਲੱਗਦਾ ਹੈ ਇਹ ਸਭ ਸਹੀ ਹੈ ਅਤੇ ਇਹ ਕਿੰਨਾ ਅੱਗੇ ਜਾਏਗਾ? ਦੇਖੋ ਜੀ, ਸਹੀ ਤਾਂ ਨਹੀਂ ਹੈ, ਲੇਕਿਨ ਅੱਗੇ ਜਾਣ ਦੀ ਗੱਲ ਹੈ ਕਿ ਮੈਂ ਕਹੂੰਗਾ ਕਿ ਸਾਡੀ ਸਿੱਖ ਸੰਗਤ ਵੀ ਭੋਲੀ ਹੈ ਔਰ ਸ਼ਾਂਤ ਹੈ, ਉਹ ਵੀ ਇੱਕ ਇਹਨੂੰ ਜਨੂੰਨ ਦੇ ਨਾਲ ਇਸ ਚੀਜ਼ ਨੂੰ ਅੱਗੇ ਤੱਕ ਨਹੀਂ ਖਿੱਚਦੀ, ਕਿਉਂਕਿ ਮੈਂ ਖੁਦ ਹੈਰਾਨ ਹਾਂ ਕਿ 84 ਦੇ ਜਿਹੜੇ ਮੁਜ਼ਰਿਮ ਸੀ ਜਿਨ੍ਹਾਂ ਨੇ ਇਹ ਸਾਰਾ ਕੁਛ ਕਰਾਇਆ, ਬਹੁਤ ਸਾਰੇ ਲੋਕਾਂ ਕੋਲ ਸਬੂਤ ਹੋਣ ਦੇ ਬਾਵਜੂਦ ਅੱਜ ਤੱਕ ਕੋਈ ਵੀ ਪਾਰਟੀ ਪੋਲੀਟੀਕਲੀ, ਭਾਵੇਂ BJP ਹੋਏ ਭਾਵੇਂ ਆਮ ਆਦਮੀ ਦੀ ਪਾਰਟੀ ਹੋਏ, ਮੈਂ ਵੱਡੇ ਵੱਡੇ ਇਹਨਾਂ ਦੇ ਪੋਸਟਰ ਦੇਖੇ ਕਿ ਇਹਨਾਂ ਨੇ ਇੱਕ ਸਪੈਸ਼ਲੀ ਇਹਨਾਂ ਨੇ ਇੱਕ ਟੀਮ ਬਣਾਈ ਹੈ ਅਰਵਿੰਦ ਕੇਜਰੀਵਾਲ ਜੀ ਨੇ ਵੀ, ਉਸ ਤੋਂ ਬਾਅਦ ਵੀ ਕੋਈ ਪ੍ਰੈਕਟੀਕਲੀ ਰਿਜ਼ਲਟ ਜਿਹਨੂੰ ਕਹਾਂਗੇ ਕਿ ਕੋਈ ਉਹ CBI ਦੀ ਜਾਂਚ ਕੁਝ ਨਿਕਲ ਕੇ ਆਇਆ ਹੋ ਕਿ ਇਹ ਗਵਾਹ ਸਾਹਮਣੇ ਖੜ੍ਹੇ ਨੇ, ਉਸ ਤੋਂ ਬਾਵਜੂਦ ਅਸੀਂ ਕੁਛ ਨਹੀਂ ਅੱਜ ਤੱਕ ਕਰ ਪਾਏ, ਇਹ ਬਹੁਤ ਵੱਡੀ ਸਾਡੀ ਹਾਰ ਹੈ। ਔਰ ਹੁਣ ਤਾਂ ਲੱਗਦਾ ਕਿ ਸਿਰਫ ਰੱਬ ਨੂੰ ਅਸੀਂ ਅਰਦਾਸ ਕਰ ਸਕਦੇ ਹਾਂ ਕਿ ਜਿਨ੍ਹਾਂ ਨੇ ਵੀ ਇਹ ਸਾਰੀ ਚੀਜ਼ਾਂ ਸਾਡੀ ਸਿੱਖੀ ਨਾਲ ਕੀਤੀਆਂ ਨੇ, ਉਹ ਸਿੱਖਾਂ ਨਾਲ ਦਿੱਲੀ 'ਚ ਕੀਤੀਆਂ ਨੇ, ਰੱਬ ਉਹਨਾਂ ਨੂੰ ਸਜ਼ਾ ਦੇਗਾ। ਇੱਧਰ ਦੀ ਕੋਈ ਰਾਜਨੀਤਿਕ ਪਾਰਟੀ ਜਾਂ ਕੋਈ ਕਾਨੂੰਨ, ਕੋਈ ਜੱਜ, ਮੈਨੂੰ ਨਹੀਂ ਲੱਗਦਾ ਕੋਈ ਸਜ਼ਾ ਦੇ ਪਾਏਗਾ ਕਿਸੇ। ਇਹ ਸੀ ਸਾਡਾ ਛੋਟਾ ਜਿਹਾ ਉਪਰਾਲਾ ਦਿੱਲੀ ਦੀ ਸਿੱਖ ਸੰਗਤ ਦੇ ਨਾਲ ਗੱਲਬਾਤ ਕਰਨ ਦਾ। ਆਪਣਾ ਫੀਡਬੈਕ ਦੇਣਾ ਨਾ ਭੁੱਲਿਓ। ਅਗਲੇ ਹਫ਼ਤੇ ਹਾਜ਼ਰ ਹੋਵਾਂਗੇ ਡੇਲੀ ਟਾਕਸ ਦੇ ਵਿੱਚ ਇੱਕ ਨਵਾਂ ਪ੍ਰੋਗਰਾਮ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।